विचार भी हाजिर है। जज का विचार। दबाउणा चाहुंदे आ जां दबण दी संभावना जां फिर धौण ते गोडा रख देणगे। ਵੱਡਿਆਂ ਵੱਡਿਆਂ ਦੀ ਧੌਣ ਚੋਂ ਕੀਲੇ ਕੱਢੇ ਹੋਏ ਆ ਸੀ ਅਬਦਾਲੀ ਅਸੀਂ ਭਜਾਇਆ। ਹਾਂਜੀ ਲੋ ਸੁਣੋ ਫਿਰ ਭਾਈ, ਅਸੀਂ ਉਹ ਆਣੇ ਵਾਲੇ ਤੀਰੋ ਚੋਂ ਕਦੇ ਨਾ ਅਸੀਂ ਜ਼ਾਲਮ ਦੀ ਇੱਕ ਪਾਰ ਸੱਚੀ ਗੱਲ ਮੋਦੀ ਆ ਸਾਡੇ ਤੇ ਸਾਨੂੰ ਮਾਰਨ ਵਾਲੇ ਮੁੱਕ ਗਏ। ਬਹੁਤ ਵਧੀਆ ਜਿਹੜਾ ਰੰਗ ਬੰਨਤਾ ਨਾ ਜਿਹੜਾ ਜੋਸ਼ ਭਰ ਦਿੱਤਾ ਤੁਸੀਂ ਇਸ ਪੂਰੇ ਇਕੱਠ ਦੇ ਵਿੱਚ ਇਹ ਲਾਮਿਸਾਲ ਹੈ। ਅੱਜ ਮੈਂ ਪੈਨ ਖੜੀ ਤੇ ਪਿਛਲੇ ਪਾਸੇ ਰੇੜੀ ਉਹਦੀ ਤੇ ਉਹ ਵਿਚਾਰ ਜੂਸ ਦੀ ਤੇ ਉਹਦਾ ਮੂੰਹ ਜਿਹਾ ਬੰਨਿਆ ਆ। ਮੈਂ ਕਿਹਾ ਤੇ ਨੁਕਸਾਨ, ਮੈਂ ਉਹਦੇ ਕੋਲ ਚਲ ਗਿਆ, ਮੈਂ ਕਿਹਾ ਭਾਈ ਆਪਕਾ ਤਾਂ ਨੁਕਸਾਨ ਹੋ ਰਿਹਾ। ਕਹਿੰਦਾ ਨਹੀਂ, ਹਮਾਰੀ ਤੋਂ ਇਨਕਮ ਦੁੱਗਣੀ ਹੋ ਗਈ। ਇਹ ਜਿਹੜੇ ਕਿਸਾਨ ਆ ਨਾ ਜਿਨ੍ਹਾਂ ਦੀਆਂ ਟਰਾਲੀਆਂ ਖੜੀਆਂ, ਇਹ ਕਹਿੰਦਾ ਮੇਰੇ ਕੋਲ ਦੋ ਵੇਲੇ ਜੂਸ ਪੀਂਦੇ ਆ ਸਿਰਫ ਇਸੇ ਕਰਕੇ ਕਿ ਮੇਰੇ ਘਰ ਵੀ ਰੋਟੀ ਪੱਕਦੀ ਰਹੇ। ਪਰ ਕਹਿੰਦਾ ਅਸੀਂ ਉਦਣ ਦੀ ਘਰ ਰੋਟੀ ਪਕਾਈ ਹੀ ਨਹੀਂ, ਮੈਂ ਕੀ ਮੇਰਾ ਮਹੱਲਾ ਇੱਥੇ ਛੱਕਦਾ। ਇਹ ਤੇ ਕਹਿੰਦੇ ਸੀ ਉੜਤਾ ਪੰਜਾਬ, ਨਸ਼ੇੜੀ ਪੰਜਾਬ, ਹੁਣ ਇਹ ਬਣਾਓ ਜੇ ਪੇ ਦੇ ਪੋਤਿਆਂ ਉੜਾਤਾ ਪੰਜਾਬ ਨੇ। ਲੋੜ ਪੈ ਗਈ ਨਾ ਜੇ ਕਿਤੇ ਵੀਰਤਾ ਦੀ, ਬਿਨਾਂ ਸਿਰ ਤੋਂ ਲੜ ਕੇ ਇਹ ਕਰ ਦਿੰਦੇ ਖੁੰਡੀਆਂ ਰੰਬੀ ਦੀਆਂ ਧਾਰ, ਇਹ ਧੜਕਦੇ ਕਦੇ ਨੀ ਖੋਪਰ ਲਾਉਣ। ਜੇ ਕੋਈ ਪੰਜਾਬ ਵੱਲ ਵੇਖੇ ਜਾਂ ਪੰਥ ਵੱਲ ਵੇਖੇ ਜਾਂ ਕਿਸਾਨ ਵੱਲ ਵੇਖੇ, ਜਿਹੜਾ ਮਰਜ਼ੀ ਹੋਵੇ ਮੈਲੀ ਅੱਖੇ ਤੇ ਫਿਰ ਅੱਕ ਸੁਣ, ਇਹ 2.5 ਕਿਲੋ ਗਾਦ ਨਕਲੀ ਨਹੀਂ। ਵੱਡੇ ਪੰਜਾਬ ਦੇ ਪੁੱਤ ਕਿੱਥੇ ਵੜ ਗਏ ਹੋਏ? ਤੁਸੀਂ ਤੇ ਮਹਾਰਾਸ਼ਟਰ ਮਾਂ ਦੇ ਵੀ ਨਹੀਂ ਰਹੇ, ਤੁਹਾਡੇ ਨਾਲ ਤਾਂ ਉੱਥੇ ਦੇ ਲੋਕਲ ਵੀਰ ਚੰਗੇ ਹੋ ਜਿਹੜੇ ਆ ਗਏ। ਉਹ ਧਰਮਿੰਦਰ ਜੀ, ਇਹ ਪਟਿਆਲਾ ਪੈਗ ਪੁੱਗ ਛੱਡ ਦਿਓ, ਆਓ ਬੰਨ ਕੇ ਸਿਰ ਤੇ ਕੱਫਣ, ਇੱਥੇ ਡਾਕਟਰਾਂ ਦੀਆਂ ਦਵਾਈਆਂ ਖਾ ਕੇ ਵੀ ਮਰਨਾ, ਮਰਦਾਂ ਦੀ ਮੌਤੇ ਮਰ ਜਾ, ਲੇਖੇ ਲੱਗ ਜਾਏਗਾ। ਸਤਿ ਸ਼੍ਰੀ ਅਕਾਲ ਜੀ, ਪ੍ਰਾਈਮ ਮਿਨਿਸਟਰ ਟੀਵੀ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ। ਪ੍ਰੋਗਰਾਮ ਚੱਜ ਦਾ ਵਿਚਾਰ ਲੈ ਕੇ ਅਸੀਂ ਹਰ ਰੋਜ਼ ਦੀ ਤਰ੍ਹਾਂ ਹਾਜ਼ਰ ਹਾਂ। ਮੈਂ ਹਾਂ ਹਰਮਨ ਥੈਂਦ, ਮੇਰੇ ਨਾਲ ਨੇ ਸਵਰਨ ਸਿੰਘ ਟੈਣਾ ਜੀ। ਟੈਣਾ ਸਾਹਿਬ, ਕੀ ਹਾਲ ਚਾਲ? ਬਹੁਤ ਵਧੀਆ ਜੀ, ਚੜ੍ਹਦੀ ਕਲਾ ਹੋਰ ਤੁਸੀਂ ਠੀਕ ਠਾਕ ਹੋ? ਮੈਂ ਜਾਣ ਬੁੱਝ ਕੇ ਤੁਹਾਨੂੰ ਪੁੱਛਿਆ, ਸਹੀ ਦੱਸਾਂ ਤਾਂ, ਕਿਉਂਕਿ ਇੱਥੇ ਆ ਕੇ ਹਾਲ ਚਾਲ ਤਾਂ ਆਪਣੇ ਆਪ ਹੀ ਤੰਦਰੁਸਤ ਹੋ ਗਿਆ, ਕਿਉਂਕਿ ਜਿੰਨਾ ਜੋਸ਼, ਜਿੰਨਾ ਪਿਆਰ ਲੋਕਾਂ ਦੇ ਮਨਾਂ ਦੇ ਵਿੱਚ, ਉਹ ਵੇਖ ਕੇ ਮੈਂ ਹੈਰਾਨ ਹਾਂ। ਸੋ ਗੱਲ ਇਹ ਆ ਕਿ ਮੈਂ ਨਾ ਖੁਦ ਇਸ ਗੱਲੋਂ ਹੈਰਾਨ ਵੀ ਹਾਂ ਅਤੇ ਪ੍ਰਸੰਨ ਵੀ ਹਾਂ ਵੀ ਸਾਰੀਆਂ ਦੂਰੀਆਂ ਮਿਟ ਗਈਆਂ, ਇੱਕ ਇਹੋ ਜਿਹਾ ਸਾਹਮਣੇ ਆਇਆ ਜਿਹਦੇ ਕਰਕੇ ਕਈਆਂ ਨੂੰ ਦੰਦਲਾਂ ਪੈਂਦੀਆਂ ਜੀ। ਜਿਹੜੇ ਕਹਿੰਦੇ ਨਾ ਕਿ ਅਸੀਂ ਕਾਨੂੰਨ ਬਣਾ ਲਏ, ਸਾਡੀ ਗੱਲ ਨੂੰ ਕੋਈ ਢਾ ਨਹੀਂ ਸਕਦਾ, ਸਾਡੇ ਕੋਈ ਫੈਸਲੇ ਨੂੰ ਪਲਟ ਨਹੀਂ ਸਕਦਾ, ਉਹ ਤੀਜੇ ਕਰਨ ਨਵੀਂ ਮੀਟਿੰਗ ਰੱਖ ਲੈਂਦੇ ਨੇ ਤਾਂ ਬੰਦੇ ਨੂੰ ਬੰਦਾ ਨਹੀਂ ਸਮਝਦੇ ਹੁੰਦੇ। ਬਿਲਕੁਲ ਸਹੀ, ਤੇ ਫਿਰ ਆਪਸ 'ਚ ਘੁਸਰ ਮੁਸਰ ਵੀ ਕਰਦੇ ਆ, ਕਦੀ ਕਹਿੰਦੇ ਚਾਹ ਪੀ ਲਓ, ਕਦੀ ਕਹਿੰਦੇ ਰੋਟੀ ਖਾ ਲਓ, ਅਤੇ ਜਿਹੜੀ ਗੱਲ ਕਰਨ ਵਾਲੀ ਆ ਉਸ ਗੱਲ ਦੇ ਉੱਪਰ ਨਹੀਂ ਆ ਰਹੇ। ਸੋ ਖੈਰ, ਟੈਣਾ ਸਾਹਿਬ, ਇੱਥੇ ਬਹੁਤ ਸਾਰੀਆਂ ਸ਼ਖਸੀਅਤਾਂ ਵੀ ਪਹੁੰਚੀਆਂ ਹੋਈਆਂ ਨੇ, ਜਿਨ੍ਹਾਂ ਦੇ ਨਾਲ ਗੱਲਬਾਤ ਆਪਾਂ ਮੈਨੂੰ ਲੱਗਦਾ ਵੀ ਜ਼ਰੂਰ ਕਰੀਏ ਅੱਜ। ਦੇਖੋ, ਇੱਥੇ ਬੁੱਧੀਜੀਵੀ ਵੀ ਆ, ਲੇਖਕ ਪੱਤਰਕਾਰ ਭਾਈਚਾਰਾ ਵੀ ਆ, ਬਹੁਤ ਸਾਰੇ ਨਾਮਣੇ ਵਾਲੇ ਕਲਾਕਾਰ ਵੀ ਆ, ਬਹੁਤ ਸਾਰੇ ਇੱਥੇ ਢਾਡੀ ਵੀ ਆ, ਬਹੁਤ ਸਾਰੇ ਕਵੀਸ਼ਰ ਵੀ ਆ, ਬਹੁਤ ਸਾਰੇ ਜੋ ਲੋਕ ਪੱਖੀ ਆ ਜਿਹੜੀਆਂ ਗੱਲਾਂ ਕਰਨ ਵਾਲੇ ਉਹ ਵੀ ਸੱਜਣ ਹੈਗੇ ਆ। ਸੋ ਇੱਥੇ ਢਾਡੀ ਤਰਸੇਮ ਸਿੰਘ ਮੋਰਾਂ ਵਾਲੀ ਵੀ ਇੱਕ ਸਟਾਲ ਦੇ ਉੱਤੇ ਖੜ੍ਹੇ ਹੋਏ ਆ, ਉਹ ਹੈਗੇ ਨੇ ਲੋਕ ਭਲਾਈ ਆਰਮੀ ਦੇ ਸਟਾਲ ਦੇ ਉੱਤੇ ਖੜ੍ਹੇ, ਆਪਾਂ ਉਹਨਾਂ ਦੇ ਨਾਲ ਜਾ ਕੇ ਗੱਲਬਾਤ ਕਰਦੇ ਹਾਂ। ਉਹਨਾਂ ਨੇ ਬੜਾ ਯੋਗਦਾਨ ਪਾਇਆ ਇਸ ਅੰਦੋਲਨ ਦੇ ਵਿੱਚ, ਬੜੀਆਂ ਜੋਸ਼ੀਲੀਆਂ ਵਾਰਾਂ ਉਹਨਾਂ ਨੇ ਹੁਣ ਤੱਕ ਪੇਸ਼ ਕੀਤੀਆਂ, ਆ ਜੋ ਗੱਲਬਾਤ ਕਰਦੇ ਜ਼ਰੂਰ ਚਲੋ। ਅਸੀਂ ਜੀ ਇਸ ਵਕਤ ਲੋਕ ਭਲਾਈ ਆਰਮੀ ਦੇ ਵੱਲੋਂ ਜਿਹੜੀ ਸਟਾਲ ਲਾਈ ਹੋਈ ਹੈ ਦਵਾਈਆਂ ਦੀ, ਕੋਟ ਕਰੋੜ ਦੇ ਨਾਲ ਸੰਬੰਧਿਤ ਨੇ ਇਹ, ਜਿਹੜੇ ਆਰਮੀ ਦੇ ਸਾਬਕਾ ਫੌਜੀ ਜਵਾਨ ਆ ਉਹਨਾਂ ਦੇ ਵੱਲੋਂ ਉਦਮ ਕੀਤਾ ਗਿਆ। ਆਮ ਤੌਰ ਦੇ ਉੱਤੇ ਹਰਮਨ ਜੀ ਕੀ ਹੁੰਦਾ ਵੀ ਅਸੀਂ ਪਿੰਡਾਂ 'ਚ ਟੋਚਣਾ ਵਾਲੇ ਮੁਕਾਬਲੇ ਕਰਾਉਂਦੇ ਹਾਂ, ਅਸੀਂ ਹੋਰ ਵੱਖ ਵੱਖ ਤਰ੍ਹਾਂ ਦੇ ਗੇਟ ਬਣਾ ਕੇ ਬਹਿ ਜਾਂਦੇ ਹਾਂ, ਪਰ ਇਹਨਾਂ ਨੌਜਵਾਨਾਂ ਦੀ ਖੂਬਸੂਰਤੀ ਇਸ ਗੱਲ ਦੀ ਆ, ਇਹਨਾਂ ਦੇ ਕੰਮ ਦੀ ਖੂਬਸੂਰਤੀ ਇਸ ਗੱਲ ਦੀ ਆ ਵੀ ਕੋਲੋਂ ਇਹਨਾਂ ਨੇ 5-5 ਦਸੀ ਦਸੀ ਇਕੱਠੀ ਕਰਕੇ ਅਤੇ ਇਹ ਦੋ ਐਂਬੂਲੈਂਸਾਂ ਇੱਥੇ ਲਿਆਂਦੀਆਂ, ਅਤੇ ਨਾਲ ਇਹਨਾਂ ਦੇ ਹੁਣ ਮੋਰਾਂਵਾਲੀ ਸਾਹਿਬ ਵੀ ਆ, ਤਰਸੇਮ ਸਿੰਘ ਮੋਰਾਂਵਾਲੀ, ਜਿਹਨਾਂ ਦਾ ਢਾਡੀ ਜਗਤ ਦੇ ਵਿੱਚ ਬਹੁਤ ਵੱਡਾ ਨਾਂ ਜੀ। ਠੀਕ ਠਾਕ ਹੋ ਜੀ? ਚੜ੍ਹਦੀ ਕਲਾ 'ਚੋਂ ਹੌਸਲੇ ਬੁਲਾਉਂਦਾ? ਚੜ੍ਹਦੀ ਕਲਾ ਤੋਂ ਉੱਪਰ ਜਿਹੜੀ ਚੜ੍ਹਦੀ ਕਲਾ ਹੁੰਦੀ ਉਹ ਆ, ਵਾਹ ਪੂਰੀ ਐਨ ਚੜ੍ਹਦੀ ਕਲਾ। ਪਰਚੇ ਤਿੱਖੇ ਫਿਰ
ਇਹ ਤਾਂ ਪਹਿਲਾਂ ਤੋਂ ਬਹੁਤ ਚਿਰ ਤੋਂ ਬਹੁਤ ਖੂਬ ਮੈਂ ਕਿਹਾ ਤੇਗਾਂ ਦੀਆਂ ਧਾਰਾਂ ਲਾ ਕੇ ਲਿਆਂਦੀਆਂ ਧਾੜਾਂ ਪਾ ਕੇ ਆਏ ਆ ਵਾਹ ਕੀ ਬਾਤ ਹੈ ਪਰ ਮੈਂ ਕੱਲ ਵੀ ਆਖਿਆ ਸੀ ਵੀ ਸਾਨੂੰ ਸਿੰਘ ਨਾਮ ਆ ਬੱਬਰ ਸ਼ੇਰ ਦਾ ਸਿੰਘ ਨਾਮ ਬੱਬਰ ਸ਼ੇਰ ਦਾ ਨਿਹੰਗ ਮਗਰਮੱਛ ਨੂੰ ਕਹਿੰਦੇ ਆ ਫਾਰਸੀ ਵਿੱਚ ਤੇ ਜਿਹੜਾ ਐ ਡੰਗ ਮਾਰਦਾ ਪੇਚੀਦੇ ਮਾਰ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਆ ਕੀ ਹੋ ਗਿਆ ਰੰਗਿਆ ਰੰਗਿਆ ਚਾਰ ਪੁੱਤ ਕੁਰਬਾਨ ਹੋ ਗਏ ਚਿਹਾ ਸ਼ੁੱਧ ਕੇ ਚੂੰ ਬਚਗਾ ਕੁਛ ਤਹਿ ਚਾਰ ਕੇ ਬਾਕੀ ਬਮਾ ਦਸਤ ਪੇਚੀਦੇ ਮਾਰ ਕੇ ਬਾਕੀ ਬਮਾ ਦਸਤ ਪੇਚੀਦੇ ਮਾਰ ਕਹਿੰਦੇ ਕੁੰਡਲੀਆਂ ਨੀ ਉਹ ਬਾਪੂ ਨੇ ਲਿਖਿਆ ਸੀ ਨਾ ਕਰਨੈਲ ਸਿੰਘ ਪਾਰਸ ਨੇ ਕੁੰਡਲੀਆਂ ਸਭ ਵੀਰ ਖਾਲਸਾ ਅਜੇ ਨਹੀਂ ਮਰਿਆ ਕੁੰਡਲੀਆਂ ਸਭ ਵੀਰ ਖਾਲਸਾ ਅਜੇ ਨਹੀਂ ਮਰਿਆ ਇਹ ਨਹੀਂ ਮਰਿਆ ਨਾ ਮਰਿਆ ਤੇ ਨਾ ਹਰਿਆ ਓਏ ਉਹ ਅਣਿਆਲੇ ਤੀਰ ਹਾਂ ਜੋ ਕਦੇ ਨਾ ਉਕੇ ਸਾਡੇ ਬਾਪੂ ਦੇ ਤੀਰ ਨੂੰ ਸਵਾ ਥੋੜਾ ਸੋਨਾ ਲੱਗਾ ਹੁੰਦਾ ਪਤਾ ਕਿਉਂ ਵੀ ਜੇ ਤੇ ਮਰ ਗਿਆ ਉਹ ਕਿਰਿਆ ਕਰਮ ਕਰਾ ਲੈ ਤੇ ਜੇ ਬਚ ਗਿਆ ਇਲਾਜ ਕਰਵਾ ਲੈ ਇਸ ਦਾ ਆਪਣੇ ਦੁਸ਼ਮਣ ਦਾ ਫਾਇਦਾ ਪਾਣੀ ਭਾਈ ਕਨਈਆ ਜੀ ਨੇ ਪੜਾਇਆ ਵੇਖੋ ਪੜਾ ਰਹੇ ਨਾ ਇੱਥੇ ਥੋੜੇ ਵੇਖਿਆ ਜਾਂਦਾ ਔਰ ਉਹ ਪਿੱਛੋਂ ਆਏ ਆ ਖਾਲਸਾ ਏਡ ਵਾਲੇ ਵੀਰ ਆ ਇੱਥੋਂ ਦੇ ਲੋਕਲ ਬੱਚੇ ਉਹ ਪਤਾ ਹੀ ਕਰਦੇ ਆ ਕੋਈ ਤੌਲੀਆ ਮੰਗਦਾ ਇਹ ਇੱਕ ਦੇ ਦਿਓ ਉਹ ਲਿਜਾ ਕੇ ਵੇਚੀ ਜਾਂਦੇ ਆ ਹਾਂਜੀ ਆਹ ਵੀ ਕੰਮ ਚੱਲਦਾ ਇੱਥੋਂ ਇਕੱਠੀਆਂ ਚੀਜ਼ਾਂ ਕਰਕੇ ਗਾਂ ਵੇਚੀਆਂ ਜਾ ਰਹੀਆਂ ਪਰ ਕੋਈ ਗੱਲ ਨਹੀਂ ਕੱਲ੍ਹ ਦੀ ਗੱਲ ਹੈ ਟੈਣਾ ਜੀ ਅੱਜ ਬੈਨ ਖੜੀ ਅਤੇ ਪਿਛਲੇ ਪਾਸੇ ਰੇਹੜੀ ਉਹਦੀ ਅਤੇ ਉਹ ਵਿਚਾਰ ਜੂਸ ਦੀ ਅਤੇ ਉਹਦਾ ਮੂੰਹ ਜਿਹਾ ਬੰਨਿਆ ਆ ਮੈਂ ਕਿਹਾ ਤੇ ਨੁਕਸਾਨ ਮੈਂ ਉਹਦੇ ਕੋਲ ਚਲ ਗਿਆ ਮੈਂ ਕਿਹਾ ਭਾਈ ਆਪਕਾ ਤਾਂ ਨੁਕਸਾਨ ਹੋ ਰਿਹਾ ਕਹਿੰਦਾ ਨਹੀਂ ਹਮਾਰੀ ਤੋਂ ਇਨਕਮ ਦੁੱਗਣੀ ਹੋ ਗਈ ਮੈਂ ਕਿਹਾ ਬੋ ਕੈਸੇ ਕਹਿੰਦਾ ਅੱਗੇ ਤਾਂ ਮੇਰੇ ਕੋਈ ਇੱਥੇ ਰੁਕਦਾ ਨਹੀਂ ਸੀ ਇਹ ਜਿਹੜੇ ਕਿਸਾਨ ਆ ਨਾ ਜਿਨ੍ਹਾਂ ਦੀਆਂ ਟਰਾਲੀਆਂ ਖੜੀਆਂ ਇਹ ਕਹਿੰਦਾ ਮੇਰੇ ਕੋਲੋਂ ਦੋ ਵੇਲੇ ਜੂਸ ਪੀਂਦੇ ਆ ਸਿਰਫ ਇਸੇ ਕਰਕੇ ਕਿ ਮੇਰੇ ਘਰ ਵੀ ਰੋਟੀ ਪੱਕਦੀ ਰਹੇ ਪਰ ਕਹਿੰਦਾ ਅਸੀਂ ਉਦਣ ਦੀ ਘਰ ਰੋਟੀ ਪਕਾਈ ਹੀ ਨਹੀਂ ਮੈਂ ਕੀ ਮੇਰਾ ਮਹੱਲਾ ਇੱਥੇ ਛੱਕਦਾ ਆ ਕੇ ਇਹ ਦੱਸੋ ਮੋਰਾਂਵਾਲੀ ਸਾਹਿਬ ਕਿ ਮੋਦੀ ਅਤੇ ਸ਼ਾਹ ਦੀ ਜੋੜੀ ਆ ਜਿਹੜੀ ਉਹ ਮੰਨਦੀ ਨਹੀਂ ਮੀਟਿੰਗ ਦਰ ਮੀਟਿੰਗ ਇੱਦਾਂ ਹੀ ਚੱਲੀ ਜਾਂਦਾ ਕੀ ਮੰਨਦੇ ਹੋ ਕਿ ਇਹ ਸਿੱਖਾਂ ਨੂੰ ਪੰਜਾਬੀਆਂ ਨੂੰ ਕਿਸਾਨਾਂ ਨੂੰ ਦਬਾਉਣਾ ਚਾਹੁੰਦੇ ਆ ਜਾਂ ਦਬਣ ਦੀ ਸੰਭਾਵਨਾ ਜਾਂ ਫਿਰ ਧੌਣ 'ਤੇ ਗੋਡਾ ਰੱਖ ਦੇਣਗੇ ਇਹ ਸੱਚਾਈ ਆ ਜੋ ਮੈਂ ਉਹ ਕਹਿਣ ਲੱਗਾ ਜਦੋਂ ਦੇਖੋ ਜਿਹੜਾ ਸਮੁੰਦਰ ਆ ਉਹਦੇ ਸਮੁੰਦਰ ਆ ਦਰਿਆ ਆ ਉਹ ਸ਼ੇਰ ਤੁਸੀਂ ਬੋਲਿਆ ਤੁਸੀਂ ਬੋਲਦੇ ਹੋ ਗਿੱਲ ਸਾਹਿਬ ਦਾ ਸ਼ਾਇਦ ਉਹ ਵੀ ਉਹ ਬੇਸ਼ੱਕ ਉਹ 'ਚ ਜਾ ਕੇ ਪੈਂਦਾ ਪਰ ਉਹਦੀ ਉਹ ਮਾੜਾ ਜਿਹਾ ਸੁਣਾਓ ਤੁਸੀਂ ਇੱਕ ਵਾਰੀ ਸਾਰਿਆਂ ਨੂੰ ਬਿਲਕੁਲ ਜੀ ਉਹ ਪ੍ਰੋਫੈਸਰ ਗੁਰਭਜਨ ਗਿੱਲ ਹੋਰਾਂ ਦਾ ਸ਼ੇਰ ਆ ਕਿ ਆਪਣੇ ਵੱਲੋਂ ਤਾਂ ਉਹ ਵੱਡੇ ਕਰ ਜਾਂਦਾ ਹੈ ਪਰ ਵਿੱਚ ਸਮੁੰਦਰ ਜਾ ਕੇ ਦਰਿਆ ਮਰ ਜਾਂਦਾ ਹੈ ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਹਾਂ ਬੇਸ਼ਰਮਾ ਦਾ ਤਾਂ ਨੀਵੀਂ ਪਾ ਕੇ ਸਰ ਜਾਂਦਾ ਹੈ ਪਰ ਜਦੋਂ ਕਿਸੇ ਦੀ ਧੌਣ 'ਚ ਕੀਲਾ ਅੜ ਜਾਂਦਾ ਹੈ ਤੇ ਉਹ ਕੀਲਾ ਕੱਢਣ ਲਈ ਫਿਰ ਉੱਥੇ ਕਿਰਤੀ ਕੱਢ ਜਾਂਦਾ ਆ ਹੁਣੇ ਬਣਾ ਲਈਆਂ ਝਟਕਾ ਸੌਦਾ ਗੋੜ ਮੁੱਲ ਰੱਬ ਕੋਲ ਹੈ ਦੇਖੋ ਵੱਡਿਆਂ ਦੀ ਧੌਣ 'ਚੋਂ ਕੀਲੇ ਕੱਢੇ ਹੋਏ ਆ ਸੀ ਅਬਦਾਲੀ ਅਸੀਂ ਭਜਾਇਆ ਤੇ ਉਹ ਇੱਥੇ ਵੀ ਭੋਗ ਪਾਇਆ ਕੋਈ ਰੰਗ ਪੇਸ਼ ਕਰ ਲਓ ਫਿਰ ਕੋਈ ਐਸਾ ਜੋਸ਼ੀਲਾ ਰੰਗ ਕੋਈ ਜੋਸ਼ੀਲਾ ਰੰਗ ਜਿਹੜਾ ਨੌਜਵਾਨੀ ਨੂੰ ਵੀ ਸੁਨੇਹਾ ਦੇਦਾ ਇੱਥੇ ਨੇੜੇ ਆ ਜਾਓ ਆ ਇਹਨਾਂ ਨੂੰ ਮਾਰੇ ਲੱਗੇ ਆਲਣ ਜੋ ਮੈਂ ਕਿਹਾ ਮੇਰੇ ਕੈਮਰਾਮੈਨ ਸਾਥੀ ਨੂੰ ਬੇਨਤੀ ਵੀ ਇਕੱਠ ਦੀ ਫੋਟੋ ਦਿਖਾ ਦਿਓ ਇੱਕ ਵਾਰ ਆ ਦਿਖਾਈ ਜਾਓ ਹਾਂ ਨਹੀਂ ਵੀਰ ਸਾਡੇ ਨੇ ਸਾਡੇ ਭੈਣ ਭਰਾ ਨੇ ਸਾਰੇ ਹਾਂ ਇੱਕ ਵੀ ਵੀਰਾ ਮੈਨੂੰ ਇਦਾਂ ਦਾ ਨਹੀਂ ਮਿਲਿਆ ਜਿਹਦੇ ਮੱਥੇ ਤੇ ਤਿਉੜੀ ਪਈ ਹੋਗੀ ਜੀ ਉਹ ਭੱਜੇ ਹੀ ਆਉਂਦੇ ਆ ਕਿਲੋ ਕਿਲੋਮੀਟਰ ਤੋਂ ਨਾ ਲੰਬੀਆਂ ਲਾਈਨਾਂ ਲੱਗੀਆਂ ਉਹ ਕੈਮਰੇ ਲੈ ਕੇ ਖੜੇ ਯਾਰ ਅਸੀਂ ਕੀ ਇਹਨਾਂ ਨੂੰ ਦੇਤਾ ਇਹ ਪਿਆਰ ਆ ਔਰ ਸੱਚੀ ਗੱਲ ਆ ਇੱਥੋਂ ਜਾਣ ਨੂੰ ਚਿੱਤ ਨਹੀਂ ਕਰਦਾ ਕੱਲ੍ਹ ਨਾ ਜਦੋਂ ਮੀਟਿੰਗ ਚੱਲਦੀ ਸੀ ਉਹ ਮੇਰੇ ਕੋਲ ਕਈ ਤਰ੍ਹਾਂ ਦੇ ਆਏ ਮੈਂ ਕਿਹਾ ਮੀਟਿੰਗ ਚੱਲ ਰਹੀ ਕੋਈ ਚੰਗਾ ਸਿੱਟਾ ਨਿਕਲ ਜਾਏ ਚੰਗੀ ਗੱਲ ਉਹ ਕਹਿੰਦਾ ਬਾਬਾ ਜੀ ਕਿਤੇ ਫੈਸਲਾ ਨਾ ਹੋ ਜਾਏ ਮੈਂ ਕਿਹਾ ਕਿਉਂ ਇੱਕ ਕਹਿੰਦਾ ਉੱਥੇ ਕਹੇ ਪੱਠੇ ਪਾਉਣੇ ਪੈਣੇ ਇੱਥੇ ਆਨੰਦ ਲੈਣੇ ਦੂਜਾ ਪਤਾ ਹੀ ਕਹਿੰਦਾ ਕਹਿੰਦਾ ਕੋਈ ਗੱਲ ਨਹੀਂ ਫੈਸਲਾ ਹੋ ਗਿਆ ਇਹ ਮਹੀਨਾ ਕਿਤੇ ਰਹਿ ਗਈ ਜਾ ਸਾਡਾ ਤਾਂ ਚਿੱਤ ਵਾਹਣਾ ਹੀ ਲੱਗ ਗਿਆ ਇੱਥੇ ਉਹ ਕਹਿੰਦੇ ਅਸੀਂ ਭਜਾ ਦੇਵਾਂਗੇ ਇਹ ਕਿਵੇਂ ਹੋ ਸਕਦਾ ਇਹ ਤਾਂ ਬਾਹ ਰਾਹ ਪਿਆ ਜਾਣੇ ਤੇ ਵਾਹ ਪਿਆ ਜਾਣੇ ਇੱਕ ਵਾਰ ਆਪਣੇ ਰੰਗ ਦੇ ਵਿੱਚ ਜੋਸ਼ੀਲਾ ਜਾਂ ਕੋਈ ਸੁਨੇਹਾ ਹੋ ਜਾਵੇ ਹਾਂਜੀ ਲਓ ਸੁਣੋ ਫਿਰ ਓਏ ਅਸੀਂ ਉਹ ਆਣੇ ਵਾਲੇ ਤੀਰੋ ਜੋ ਕਦੇ ਨਾ ਓਕੇ ਅਸੀਂ ਜ਼ਾਲਮ ਦੀ ਇੱਕ ਪਾਰ ਸੱਚੀ ਗੱਲ ਮੋਦੀਆ ਸਾਡੇ ਤੇ ਸਾਨੂੰ ਮਾਰਨ ਵਾਲੇ ਮੁੱਕ ਗਏ ਚੀਮਾ ਸਾਹਿਬ ਦਾ ਸ਼ੇਰ ਆ ਪਰ ਮੈਂ ਮੋਦੀ ਦਾ ਉਹ ਇੱਥੇ ਉਹ ਹੀ ਢੁਕਦਾ ਸੀ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ
ਜਿਉਂ ਜਿਉਂ ਮੈਨੂੰ ਵੜਦਾ ਤੇ ਮੈਂ ਗੱਲ ਭੈਣੇ ਤੈਨੂੰ ਕਹਿਤੀ, ਮੈਂ ਕਿਹਾ ਇੱਥੇ ਕਿਤੇ ਮੋਦੀ ਨਾ ਮੈਨੂੰ ਦੀ ਜਗ੍ਹਾ ਹੋ ਜਾਏ ਤੇ ਮੋਦੀ ਸਾਡੀ ਦਾਤਰੀ। ਇਹ ਕੰਮ ਜੇ ਇਹ ਕਰਨਗੇ ਨਾ ਅਸੀਂ ਤੇ ਹਿੱਕਾਂ ਡਾਹਤੀਆਂ। ਇਹ ਮੈਂ ਘਰ ਵਾਲੀ ਨੇ ਤੁਰਨ ਲੱਗੇ, ਮੈਂ ਤੇ ਕਿਹਾ ਰੋਕਣ ਰਾਕਣ ਗਏ ਵੀ ਨਾ ਜਾਓ ਸਰਦਾਰ ਜੀ, ਬੱਚੇ ਨਿੱਕੇ ਨਿੱਕੇ ਆ। ਮੈਂ ਕਿਹਾ ਚੰਗਾ ਫਿਰ ਭਾਗਵਾਨੇ ਚੱਲੇ ਆ, ਜਿਉਂਦੇ ਰਹੇ ਤੇ ਬਹਿਣਾਗੇ ਲੱਖ ਵਾਰੀ, ਜੇ ਮਰ ਗਏ ਤਾਂ ਰੱਬ ਰਾਜੀ। ਕਹਿੰਦੇ ਇੱਦਾਂ ਕਿੱਦਾਂ ਰੱਬ ਰਾਜੀ, ਇੱਦਾਂ ਨਹੀਂ ਪਿੱਛਾ ਛੱਡਦੀ, ਦਰਗਾਹ ਜਾ ਕੇ ਮਿਲ ਲੂੰ। ਜਦੋਂ ਦੇਖੋ ਸਾਡੀਆਂ ਗਾਨੇ ਬੰਨ ਕੇ ਸਾਡੇ ਬਜ਼ੁਰਗ 80 ਸਾਲ ਦੇ ਬਾਬਾ ਦੀਪ ਸਿੰਘ ਸਾਹਿਬ, ਬਾਬਾ ਨੌ ਸਿੰਘ 90 ਵਰ੍ਹਿਆਂ ਦੇ ਉਹ ਚੜ੍ਹੇ ਤੇ ਅੱਜ ਵੀ ਉਹ ਬਾਬੇ ਸਾਡੇ ਰਾਹੀਂ, ਇਹਨਾਂ ਸਾਡੇ ਬਜ਼ੁਰਗਾਂ ਰਾਹੀਂ। ਛੋਟਾ ਜਿਹਾ ਸੀ ਸਹਿਤ ਸਿੰਘ, ਕਿੰਡੇ ਕੁ ਸੀ ਬਾਬਾ ਜ਼ੋਰਾਵਰ ਸਿੰਘ ਅਤੇ ਬਾਬੇ ਫਤਿਹ ਸਿੰਘ ਜੀ, ਕੀ ਕਿਹਾ ਸੀ ਉਹਨਾਂ, ਰਲ ਜਾਓ ਸਾਡੇ ਵਿੱਚ, ਲਾਲਚ ਦਿੱਤੇ ਰਾਜ ਭਾਗ ਤੁਹਾਨੂੰ ਬਖਸ਼ ਦਿਆਂਗੇ। ਉਹਨੇ ਕੀ ਕਿਹਾ, ਸਾਹਿਬਜ਼ਾਦੇ ਆ ਕੜਕੀ ਕੇ, ਕਹਿੰਦੇ ਸੀ ਉੜਤਾ ਪੰਜਾਬ ਨਸ਼ੇੜੀ ਪੰਜਾਬ, ਹੁਣੇ ਬਣਾਓ ਜੇ ਪੇ ਦੇ ਪੋਤਿਆਂ ਉੜਾਤਾ ਪੰਜਾਬ ਨੇ, ਦਿੱਲੀ ਹਰਿਆਣਾ। ਮੈਂ ਕਿਹਾ ਉੜਾਤੀ ਖਿੱਲੀ, ਬਣਾਤੀ ਭਿੱਜੀ ਬਿੱਲੀ, ਇਹਦੇ ਇਹੋ ਜਿਹੀ ਕਿਰਪਾ ਵਰਤੀ ਆ ਨਾ। ਪਤਾ ਨਹੀਂ ਜਿਹੜਾ ਮਰਜ਼ੀ ਉਹਨਾਂ ਉਹ ਜੱਟ ਕਿਤੇ ਮੀਂਹ ਪਿਆ ਤੇ ਭਰੀ ਕਣਕ ਦੀ ਭਾਜੀ, ਉਹ ਪਾਸੇ ਲਾਈ ਵੀ ਕਣਕ ਸੁਕਾ ਲਈਏ ਤੇ ਥੱਲਿਓ ਠੂਹੇ ਨਿਕਲੇ। ਕੋਈ ਐ ਨੂੰ ਕੋਈ ਨੂੰ ਕਹਿੰਦਾ ਉਹ ਇੱਧਰ ਉੱਧਰ ਭੱਜ ਚੱਲੇ ਹੋ, ਮੈਂ ਗੱਲ ਕਰਨੀ ਤੁਹਾਡਾ ਜਥੇਦਾਰ ਕਿਹੜਾ ਆਂਦਾ, ਜਿਹਦੇ ਮਰਜ਼ੀ ਹੱਥ ਲਾ ਕੇ ਦੇਖ ਲੈ ਡੰਗ ਤੋਂ ਲੱਗ ਜੂ ਪਤਾ। ਇਹ ਡੰਗ ਤੇ ਡੰਡੇ, ਡੰਗ ਤੇ ਡੰਡੇ ਤਿੱਖੇ ਕਰਵਾਇਓ ਆ, ਇਹ ਮਹਾਰਾਜ ਦੀਆਂ ਮਿਹਰਾਂ। ਇਹ ਸਰਕਾਰਾਂ ਆ ਜਿਹੜੀਆਂ ਫੋਰਸਾਂ ਇਹਨਾਂ ਦੀਆਂ ਖੜੀਆਂ, ਇਹਨਾਂ ਦੇ ਵਿੱਚ ਇਹ ਰੱਬ ਹੈ, ਇਹਦੀ ਰੱਬ ਤੋਂ ਬਿਨਾਂ ਕੋਈ ਵੀ ਨਹੀਂ, ਪਰ ਇਹ ਹੁਕਮ ਮੰਨਦੇ ਇਹਨਾਂ ਝੂਠਿਆਂ ਦਾ। ਅਤੇ ਸਾਡੀ, ਅਸੀਂ ਵੀ ਤਾਂ ਫੌਜ ਹਾਂ, ਇਹ ਫੌਜਾਂ ਭਾਰਤ ਦੀਆਂ, CRP ਵੀ ਬਾਰਡਰ ਵਾਲੇ, ਫਿਰ ਜੀ ਫੌਜ ਵਾਲੇ, ਅਤੇ ਅਸੀਂ ਕਿਹਦੀਆਂ ਫੌਜਾਂ, ਖਾਲਸਾ ਅਕਾਲ ਪੁਰਖ ਕੀ। ਇਹ ਗੁਰੂ ਗੋਬਿੰਦ ਸਿੰਘ ਜੀ ਲਿਖਦੇ ਆ, ਪ੍ਰਗਟਿਓ ਖਾਲਸਾ। ਮਹਾਰਾਜ ਕਹਿੰਦੇ ਜੰਮੇ ਨਹੀਂ ਅਸੀਂ, ਪ੍ਰਗਟ ਹੋਏ ਹਾਂ। ਜਿਹੜਾ ਜੰਮਦਾ ਮਰ ਜਾਂਦਾ, ਜਿਹੜਾ ਪ੍ਰਗਟ ਹੋਇਆ ਹੋਵੇ ਉਹ ਮਰ ਨਹੀਂ ਸਕਦਾ। ਸਾਨੂੰ ਖੰਡੇ ਦੀ ਧਾਰ ਚੋਂ ਪ੍ਰਗਟ ਕਰਕੇ ਅੰਮ੍ਰਿਤ ਛਕਾ ਕੇ ਅਮਰ ਕੀਤਾ ਸਾਨੂੰ, ਫੜਾਇਆ ਹਮੇਸ਼ਾ ਲਈ ਬਾਣੀ ਦਾ ਪੱਲਾ, ਸਿਰ ਨੂੰ ਰੱਖ ਕੇ ਤਲੀ ਦੇ ਉੱਤੇ ਤੇਗਾਂ ਦੀਆਂ ਧਾਰਾਂ ਤੇ ਨੱਚਣਾ ਸਿਖਾਇਆ। ਜੇ ਕਿਤੇ ਸ਼ਾਂਤੀ ਵਿਖਾਉਣੀ ਵੀ ਪੈ ਜਾਏ, ਓਏ ਬੰਦ ਬੰਦੇ ਆਪਣਾ ਕਟਾਉਣਾ ਵੀ ਆਉਂਦਾ, ਲੋੜ ਪੈ ਗਈ ਨਾ ਜੇ ਕਿਤੇ ਵੀਰਤਾ ਦੀ, ਬਿਨਾਂ ਸਿਰ ਤੋਂ ਲੜ ਕੇ ਇਹ ਕਰ ਦਿੰਦੇ ਖੁੰਡੀਆਂ ਰੰਬੀ ਦੀਆਂ ਧਾਰ। ਇਹ ਧੜਕਦੇ ਕਦੇ ਨਹੀਂ ਖੋਪਰ ਲਾਉ, ਚਾੜਿਆ ਵੇ ਹਿੰਦ ਦੇ ਕੋਈ ਨਾਦਰ ਦਾ ਚਾਚਾ ਆਏ ਸੀ ਨਾ ਜੀ, ਤੇ ਇਹ ਜ਼ਾਲਮ ਦੀਆਂ ਲੁੱਟਾਂ ਨੂੰ ਮੈਲੀ ਅੱਖੇ ਨਾ, ਜੇ ਕੋਈ ਪੰਜਾਬ ਵੱਲ ਵੇਖੇ ਜਾਂ ਪੰਥ ਵੱਲ ਵੇਖੇ ਜਾਂ ਕਿਸਾਨ ਵੱਲ ਵੇਖੇ, ਜਿਹੜਾ ਮਰਜ਼ੀ ਹੋਵੇ ਮੈਲੀ ਅੱਖੇ ਤੇ ਫਿਰ ਅੱਕ ਸੁਣ, ਇਹ 2.5 ਕਿਲੋ ਕਾ ਹੱਥ ਨਕਲੀ ਨਹੀਂ। ਵੱਡੇ ਪੰਜਾਬ ਦੇ ਪੁੱਤ ਕਿੱਥੇ ਵੜ ਗਏ ਹੋਏ, ਤੁਸੀਂ ਤੇ ਮਹਾਰਾਸ਼ਟਰ ਮਾਂ ਦੇ ਵੀ ਨਹੀਂ ਰਹੇ, ਤੁਹਾਡੇ ਨਾਲ ਤਾਂ ਉੱਥੇ ਤੇ ਲੋਕਲ ਵੀਰ ਚੰਗੇ ਹੋ ਜਿਹੜੇ ਆ ਗਏ। ਉਹ ਧਰਮਿੰਦਰ ਜੀ ਇਹ ਪਟਿਆਲਾ ਪੈਗ ਪੁੱਗ ਛੱਡ ਦਿਓ, ਆਓ ਬੰਨ ਕੇ ਸਿਰ ਤੇ ਕੱਫਣ, ਇੱਥੇ ਡਾਕਟਰਾਂ ਦੀਆਂ ਦਵਾਈਆਂ ਖਾ ਕੇ ਵੀ ਮਰਨਾ, ਮਰਦਾਂ ਦੀ ਮੁਕਤੇ ਮਰ ਜਾ, ਲੇਖੇ ਲੱਗ ਜਾਏਗਾ। ਕਿੱਥੇ ਤੇਰਾ ਸੰਨੀ ਦਿਓਲ, ਬੌਬੀ ਦਿਓਲ, ਉਹ ਕਿਤੇ ਸਰਸੇ ਵਾਲੇ ਦੇ ਡਰਾਮੇ ਬਣਾ ਤੇ, ਕਦੇ ਕਿਸੇ ਦੇ ਬਣਾ ਤੇ, ਸਾਡਾ ਬੈਰ ਨਹੀਂ ਪਰ ਸਾਨੂੰ ਮਿਹਣੇ ਕਿਉਂ ਮਾਰਨੇ ਪੈ ਰਹੇ ਆ, ਗੁਰਦਾਸ ਮਾਨ ਨੂੰ ਮਿਹਣੇ ਮਾਰ ਕੇ ਕਿਉਂ ਬੁਲਾਉਣਾ ਪਿਆ, ਉਹਨਾਂ ਦਾ ਆਪਣਾ ਫਰਜ਼ ਯਾਰ, ਵੱਡੇ ਭਰਾ ਉਹਨਾਂ ਨੂੰ ਸਮਝਦੇ ਸੀ। ਮੈਂ ਤੇ ਕਹਿ ਤਾ ਬੱਬੂ ਮਾਨ ਉਹ ਕੀ ਉਹਦੇ ਬੋਲ, ਕਹਿੰਦਾ ਰੂਪ ਪੱਪ ਦਾ ਨਿਹੰਗ ਦਾ ਆਇਆ ਨਾ ਉਹ 'ਚ, ਅਤੇ ਜਿੱਥੋਂ ਕਿ ਗੁਰੂ ਕਾ ਲਾਲ ਲੰਘਦਾ
ਫਿਰ ਉੱਥੇ ਧੜਕ 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 ਸੀਨੇ ਉਹਨਾਂ ਦੇ ਖੜਕਦੇ, ਜੋਧੇ ਗਰਜਦੇ, ਬੈਰੀ ਭੱਜਦੇ। ਔਰ ਮਹਾਰਾਜ ਦੀ ਕਿਰਪਾ, ਜੇ ਚੜਿਆ ਵੇ ਇਹਦੇ ਤੇ ਕੋਈ ਨਾਦਰ ਦਾ ਚਾਚਾ, ਇਹ ਜ਼ਾਲਮ ਦੀਆਂ ਲੁੱਟਾਂ ਨੂੰ ਰੋਕਣ ਲਈ ਬਣਿਆ। ਮੈਲੀ ਅੱਖੇ ਜੇ ਕੋਈ ਇਸ ਵੱਲ ਵੇਖੇ ਤੇ ਕਸੋਨੂ, ਇਹ ਪੰਥ ਜਿਉਂਦਾ ਰਿਹਾ ਹੈ, ਪੰਜਾਬ ਜਿਉਂਦਾ ਰਿਹਾ ਹੈ, ਹਰਿਆਣੇ ਕਾ ਕਿਸਾਨ ਜਿਉਂਦਾ ਰਿਹਾ ਹੈ, ਇਹ ਕੜਕਦਾ ਰਿਹਾ ਹੈ। ਇਹ ਹੈ ਕਲੀਆਂ ਤੋਂ ਕੋਮਲ ਪਰ ਪੱਥਰਾਂ ਤੋਂ ਉਂਜ ਤੇ ਕੋਮਲ ਜੇ ਸਾਡੇ ਜੁੱਸੇ ਸਰੀਰ, ਕਲੀਆਂ ਤੋਂ ਕੋਮਲ ਪਰ ਉਂਜ ਇਰਾਦਾ ਪੱਥਰਾਂ ਤੋਂ ਕਰੜਾ, ਇਹ ਕੜਕਦਾ ਗੜਕਦਾ ਬੜਕਦਾ ਰਹੇਗਾ, ਕੜਕਦਾ ਬੜਕਦਾ ਰਹੇਗਾ। ਦੁੱਖਾਂ ਵਿੱਚ, ਸੁੱਖਾਂ ਵਿੱਚ, ਜੰਗਲਾਂ ਵਿੱਚ, ਮੰਗਲਾਂ ਵਿੱਚ, ਰੋਡਾਂ ਵਿੱਚ, ਰੱਖਣਾ ਵਿੱਚ, ਬੰਜਰਾਂ ਵਿੱਚ, ਅੱਖਣਾਂ ਵਿੱਚ, ਗੜਿਆਂ ਵਿੱਚ, ਮੀਆਂ ਵਿੱਚ, ਸਰਾਂ ਦੀਆਂ ਨੀਆਂ ਵਿੱਚ, ਮੁਸ਼ਕਲ ਦੀ ਘੜੀ ਵਿੱਚ, ਮਕੌਰ ਦੀ ਘੜੀ ਵਿੱਚ ਇੱਕੋ ਜਿਹੀ ਜ਼ਿੰਦਗੀ ਗੁਜ਼ਾਰੀ ਆ। ਮਾਛੀ ਵਾੜੇ ਦੇ ਉਹ ਜੰਗਲਾਂ ਵਿੱਚ ਮੇਰਾ ਪਾਤਸ਼ਾਹ, ਮੇਰਾ ਸਾਹਿਬ ਸੂਲਿਆਂ ਦੀਆਂ ਸੇਜਾਂ 'ਤੇ ਪਿਆ, ਮਿਹਣਾ 'ਤੇ ਨਹੀਂ ਮਾਰਿਆ। ਅਸੀਂ ਆ ਪਏ ਹਾਂ, ਕਿਸੇ ਨੂੰ ਮਿਹਣੇ ਥੋੜ੍ਹੇ ਮਾਰੇ, ਉਹ ਜੇ ਮਾਰ ਦਿਓ ਚਲੋ, ਵਿਚਾਰੇ ਨੂੰ ਨਹੀਂ ਪਤਾ ਮਿਹਣਾ ਕਾਹਦਾ ਯਾਰ। ਇਹ ਤਾਂ ਯਾਰੜੇ ਦਾ ਸਾਨੂੰ ਸੱਥਰ ਚੰਗਾ, ਭੱਠ ਖੇੜਿਆਂ ਦਾ ਰਹਿਣਾ। ਜੇ ਮੋਦੀ ਸਾਨੂੰ ਆ ਕੇ ਕਹੇ ਵੀ ਨਾ ਸੈਵਨ ਸਟਾਰ ਹੋਟਲ ਖੋਲ੍ਹ ਦਿੰਦੇ ਹਾਂ ਤੁਹਾਡੇ ਲਈ, ਉੱਥੇ ਅੰਦਰ ਆ ਜਾਓ, ਸਾਡੇ ਹੱਕ ਇੱਥੇ ਇੱਥੇ ਰੱਖ ਇੱਥੇ। ਉਹ ਗਾਉਂਦੇ ਸੀ ਨਾ ਪਿੱਛੇ, ਉਹ ਹਰਿਆਣੇ ਦੇ ਸੱਚਾਈ ਆ। ਅਸੀਂ ਤੁਰੇ ਆਈਏ, ਚਲੋ ਸਿੰਘ ਸੋਹਣੇ ਲੱਗਦੇ ਜੀ, ਉਹ ਬੀਬੀਆਂ ਅੱਗੇ ਵੀ ਗਾਉਂਦੀਆਂ ਹੁੰਦੀਆਂ ਨਾ, ਅਤੇ ਸੋਹਣੇ ਸੋਹਣੇ ਸਾਰੇ ਇੱਦਾਂ ਸਿੰਘ ਤੁਰੇ ਜਾਣ। ਉਹ ਕਹਿੰਦੇ ਬਾਬੇ ਸੋਹਣੇ ਸੋਹਣੇ ਆ ਗਏ, ਆਹ ਵੇਖੋ ਇਹ ਕਿੱਡਾ ਕੁ ਕਾਢਿਆ ਕਾਢਿਆ, ਦੋਵੇਂ ਦੋਏ ਦਿਖਾਓ। ਓਏ ਆ ਹੀ ਨਹੀਂ ਸਾਂਭ ਹੋਣੇ ਮੋਦੀ, ਤੈਂ ਤੇਤੋਂ ਥੱਲੇ ਦੇਖ ਹੀ ਨਹੀਂ ਹੋਣਾ, ਲੱਤਾਂ ਤੋਂ ਚੱਕ ਤੇ ਆ ਸਿਰ ਪਰਨੇ ਕਰ ਦੇਣਾ ਹੈ ਨਹੀਂ, ਐਡੇ ਜੋਧੇ ਆ। ਇਹ ਵੀਰਾ ਦੇ ਤੂੰ ਵੀ ਕੋਈ ਸੁਣਿਆ ਮੇਰੇ ਪਿੰਡੋਂ ਆ, ਐਸ ਸੀ ਭਰਾ ਜਿਹਨਾਂ ਨੂੰ ਕਹਿੰਦੇ ਆ, ਇਹਨੇ ਉਹਨਾਂ ਨੂੰ ਕੋਈ ਸੁਨੇਹਾ ਦੇਣਾ ਦੇ। ਅਸੀਂ ਕਦੇ ਕੰਮ ਰੱਖ ਦੇ ਪਾਣੀ ਦੀ ਬੋਤਲ ਹੁਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਐਸ ਸੀ ਭਰਾਵਾਂ ਨੂੰ ਇਹੀ ਕਹਿਣਾ ਚਾਹੁੰਦਾ, ਜਿਹੜੇ ਆਪਣੇ ਆਪਣੇ ਘਰਾਂ ਦੇ ਵਿੱਚ ਬੈਠੇ ਆ, ਉਹ ਕਿਸਾਨ ਅੰਦੋਲਨ ਦੇ ਵਿੱਚ ਮੋਢੇ ਨਾਲ ਮੋਢਾ ਲਾ ਕੇ ਕਿਸਾਨਾਂ ਨਾਲ ਦਿੱਲੀ ਆਓ। ਆਪਾਂ ਦਿੱਲੀ ਜਿੱਤ ਕੇ ਜਾਣੀ ਆ, ਦਿੱਲੀ ਫਤਿਹ ਕਰਕੇ ਜਾਣੀ ਆ, ਤਿੰਨੇ ਕਾਨੂੰਨ ਜਿਹੜੇ ਬਣਾਏ ਰੱਦ ਕਰਕੇ ਜਾਣਾ। ਜਿੰਨਾ ਚਿਰ ਅਸੀਂ ਇਹ ਰੱਦ ਨਹੀਂ ਹੁੰਦੇ, ਅਸੀਂ ਘਰਾਂ ਨੂੰ ਨਹੀਂ ਜਾਣਾ, ਅਸੀਂ ਸਿਰ 'ਤੇ ਕਫਨ ਬੰਨ ਕੇ ਆਏ ਹਾਂ ਔਰ ਕਾਨੂੰਨ ਵਾਪਸ ਕਰਾ ਕੇ ਜਾਵਾਂਗੇ, ਭਾਵੇਂ ਸਾਨੂੰ 2 ਮਹੀਨੇ ਲੱਗਣ ਚਾਹੇ 6 ਲੱਗਣ, ਅਸੀਂ ਆਪਣਾ ਆਪਣਾ ਰਾਸ਼ਨ ਲੈ ਕੇ ਆਏ, ਸਾਨੂੰ ਕਿਸੇ ਚੀਜ਼ ਦੀ ਦਿੱਕਤ ਨਹੀਂ, ਅਸੀਂ ਕਿਸਾਨਾਂ ਦੇ ਨਾਲ ਮੋਢਾ ਨਾਲ ਮੋਢਾ ਲਾ ਕੇ ਖੜੇ ਹਾਂ। ਇੱਕ ਹੋਰ ਦੇਖੋ, ਸਾਡੇ ਰੋਜ਼ ਦੇ 2-2 ਸਮਾਗਮ ਸੀ ਸਵੇਰ, ਉਹ ਵੈਸੇ ਉਹਨਾਂ ਨੂੰ ਉਹ ਦੁੱਖ ਮਨਾਉਂਦੇ ਵੀ ਸਾਡਾ ਸਮਾਗਮ ਹੀ ਖਰਾਬ ਹੋ ਗਿਆ ਵੀ ਸਾਲ ਪਹਿਲਾਂ, ਕਿਉਂਕਿ ਕਈਆਂ ਦੇ ਵਿਆਹ ਨੇ ਅਤੇ ਕਈਆਂ ਦੀ ਇੱਛਾ ਸੀ ਵੀ ਉਹਨਾਂ ਨੂੰ ਅਸੀਂ ਸੱਦਣਾ। ਮੈਂ ਉਹਨਾਂ ਵੀਰਾਂ ਨੂੰ ਕਿਹਾ, ਵੀਰੋ ਇੱਥੇ ਆ ਜਾਓ, ਹੁਣ ਅਸੀਂ ਨਹੀਂ ਮੁੜਨਾ। ਮੇਰੇ ਪਿੰਡ ਵੀ ਅਸੀਂ ਸਮਾਗਮ ਰੱਖਿਆ ਸੀ, ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ। ਮੈਂ ਉਹਨਾਂ ਨੂੰ ਕਿਹਾ ਵੀ ਜੇ ਤਾਂ ਤੁਸੀਂ ਮਨਾ ਸਕਦੇ ਹੋ, ਕਿਉਂਕਿ ਉਹ ਮੁੱਖ ਸੇਵਾਦਾਰ ਨਗਰ ਨੇ ਸਾਨੂੰ ਹੀ ਬਣਾਇਆ, ਤੁਹਾਨੂੰ ਇੱਕੋ ਹੀ ਹਾਂ ਅਸੀਂ ਸਾਰੇ ਸੇਵਾਦਾਰ ਹਾਂ। ਉਹ ਕਹਿੰਦੇ ਤੁਹਾਡੇ ਤੋਂ ਬਿਨਾਂ ਅਸੀਂ ਨਹੀਂ ਮਨਾਉਣਾ। ਮੈਂ ਕਿਹਾ ਫਿਰ ਜੇ ਤਾਂ ਆ ਕਿਰਪਾ ਇੱਧਰੋਂ ਵਰਤ ਗਈ ਫਿਰ ਆ ਕੇ ਮਨਾ ਲਾਂਗੇ, ਅਤੇ ਜੇ ਨਾ ਆਏ ਤਾਂ ਮਹਾਰਾਜ ਦਾ ਦਿਨ ਮਨਾਉਣਾ ਉੱਥੇ ਸਾਡਾ ਵੀ ਪਾਠ ਨਾਲ ਰੱਖ ਦਿਓ। ਇੱਦਾਂ ਨਹੀਂ ਮੁੜਦੇ ਹੁਣ, ਸਿਰ ਜਾਵੇ ਤਾਂ ਸਾਡਾ ਸਿੱਖੀ ਸਦਕ ਨਾ ਜਾਵੇ, ਸਾਡਾ ਸਿੱਖੀ ਸਦਕ ਨਾ ਜਾਵੇ, ਸਿੱਖੀ ਸਦਕ ਨਾ ਜਾਵੇ, ਸਾਡਾ ਸਿੱਖੀ ਸਦਕ ਨਾ ਜਾਵੇ, ਸਿਰ ਜਾਵੇ ਤਾਂ ਜਾਵੇ, ਸਾਡਾ ਸਿੱਖੀ ਸਦਕ ਨਾ ਜਾਵੇ, ਸਿਰ ਜਾਵੇ ਤਾਂ ਜਾਵੇ, ਸਾਡਾ ਸਿੱਖੀ ਸਦਕ ਨਾ ਜਾਵੇ। ਬਹੁਤ ਵਧੀਆ, ਜਿਹੜਾ ਰੰਗ ਬੰਨਤਾ ਨਾ
ਜਿਹੜਾ ਜੋਸ਼ ਭਰ ਦਿੱਤਾ ਤੁਸੀਂ ਇਸ ਪੂਰੇ ਇਕੱਠ ਦੇ ਵਿੱਚ, ਇਹ ਲਾਮਿਸਾਲ ਆ। ਇੱਕ ਮੈਂ ਹੋਰ ਜਾਣਕਾਰੀ ਦੇਣੀ ਚਾਹੁੰਦਾ ਦਰਸ਼ਕਾਂ ਨੂੰ, ਬਈ ਤਰਸੇਮ ਸਿੰਘ ਮੋਰਾਂ ਵਾਲੀ ਆਪਣੇ ਜਥੇ ਦੇ ਸਮੇਤ ਅਤੇ ਹੋਰ ਬਹੁਤ ਸਾਰੇ ਲੋਕ ਇਹੋ ਜਿਹੜੇ ਇੱਥੇ ਪਹੁੰਚੇ ਆ, ਜਿਹੜੇ ਬੁਲਾਰੇ ਵੀ ਆ, ਜਿਹੜੇ ਵੱਖੋ ਵੱਖਰੇ ਰੰਗ ਪੇਸ਼ ਕਰਦੇ ਆ, ਇਹ ਦੋ ਦੋ ਘੰਟੇ ਤਿੰਨ ਤਿੰਨ ਘੰਟੇ ਵੀ ਨਹੀਂ ਸੌਂਦੇ, ਕਿਉਂਕਿ ਇੱਥੋਂ ਬਾਅਦ ਕਿਤੇ ਹੋਰ ਜਾ ਕੇ ਬੋਲਣਾ, ਉੱਥੋਂ ਬਾਅਦ 100 ਮੀਟਰ 'ਤੇ, 50 ਮੀਟਰ 'ਤੇ, 20 ਮੀਟਰ 'ਤੇ ਹੋਰ ਕਿਤੇ ਜਾ ਕੇ ਬੋਲਣਾ, ਗਲ ਬੈਠੇ ਹੋਏ ਆ। ਰਾਤੀ ਪਹਿਰਾ ਵੀ ਦਿੱਤਾ ਅਸੀਂ। ਅੱਛਾ, ਕਿਉਂਕਿ ਪਤਾ ਲੱਗਾ ਔਰ ਮੈਂ ਵਧੀਆ ਹੋ ਗਿਆ, ਚੇਤਾ ਆ ਗਿਆ। ਤਕਰੀਬਨ 100 ਦੇ ਕਰੀਬ ਹੋਣਗੇ ਫੌਜੀ, ਉਹ ਟਰਾਲੀਆਂ ਜਿੱਥੇ ਸੁੰਨ ਮਸਾਨ ਸੀ ਨਾ ਉੱਥੇ ਘੁੰਮਦੇ ਸੀ। ਉਹ ਸਾਡੇ ਮਨ 'ਚ ਕੋਈ ਨਹੀਂ, ਸਿੰਘ ਕਹਿੰਦੇ ਲਖਵੀਰ ਸਿੰਘ ਹੋਰੀ ਸਾਡੇ ਨਾਲ, ਵੀਰ ਰਾਣਾ ਜੀ, ਡਾਂਸੀਵਾਲ, ਅੰਮ੍ਰਿਤ ਹੋਰੀ, ਇਹ ਜਿੰਨੇ ਵੀ ਸਾਡੇ ਜਸਵੰਤ ਸੋਰੀ, ਧਰਮ ਸੋਰੀ, ਮਹੇ ਸਾਹਿਬ, ਇਹ ਸਾਰੇ ਕਹਿੰਦੇ ਵੀ ਆਪਾਂ ਚੱਲੀਏ। ਹਾਂਜੀ ਗੁਰਦੇਵ ਸੋਰੀ, ਬਾਬਾ ਵੀ, ਮੈਂ ਕਿਹਾ ਕੀ ਕਹਿੰਦਾ, ਕਹਿੰਦਾ ਅੱਜ ਆਪਾਂ ਪਹਿਰਾ ਦੇਣਾ। ਫਿਰ ਪਰਮੇਸ਼ਰ ਹੀ ਬੋਲਿਆ, ਕਲਾ ਤਾਂ ਉਹਦੀ ਵਰਤਦੀ ਆ। ਮਨ 'ਚ ਸੀ ਵੀ ਹੁਣ ਆਪਾਂ ਥੱਕ ਗਏ ਹਾਂ, ਪਰ ਉਹ ਜਜ਼ਬਾ ਦੇਖਿਆ ਜਦੋਂ ਤੁਰੇ, ਤੁਰਨ ਨਹੀਂ ਦਿੰਦੇ ਇੱਕ ਪੈਰ ਨਹੀਂ ਤੁਰ, ਉਹ ਮਹਾਂਪੁਰਖ ਕਿਲ੍ਹਾ ਆਨੰਦਗੜ੍ਹ ਸਾਹਿਬ ਵਾਲੇ, ਜਿਹੜੇ ਮੂਲ ਮੰਤਰ ਵਾਲਾ ਸਥਾਨ, ਹੋਰ ਵੱਡੇ ਸਥਾਨ, ਅਤੇ ਇੱਥੇ ਲੰਗਰ ਵੀ ਲਾਏ ਹੋਏ ਆ, ਬਾਬਾ ਸਤਨਾਮ ਸਿੰਘ ਜੀ, ਉਹਨਾਂ ਰੋਕ ਲਿਆ, ਉਹਨਾਂ ਕੋਲ ਮਿਲੇ, ਦੂਜਿਆਂ ਕੋਲ ਮਿਲੇ, ਤੀਜਿਆਂ ਕੋਲ। ਜਦੋਂ ਜਾ ਰਹੇ ਸੀ ਨਾ, ਹਨੇਰਾ, ਬਾਬਾ 12 ਕੁ ਵਜੇ ਦੀ ਗੱਲ ਆ, ਉਹ ਟਰਾਲੀਆਂ ਦੁਆਲੇ ਘੁੰਮਣ, ਅਤੇ ਮੇਰੇ ਮਨ 'ਚ ਆਇਆ ਵੀ ਕੁਛ ਮੈਂ ਜਕਾਰਾ ਗਜਾ ਤਾ। ਜੋ ਜਕਾਰਾ ਗਜਾਇਆ ਨਾ ਸੱਚੀ, ਉਹ ਐਂ ਭੱਜੇ ਜਿਹੇ ਨਹੀਂ ਹੁੰਦੇ, ਅਤੇ ਮੈਂ ਫਿਰ ਮੈਂ ਕਿਹਾ ਹੁਣ ਲੋਹਾ ਤਾਂ ਗਰਮ ਆ, ਸੱਟ ਜ਼ੋਰ ਦੀ ਮਾਰੇ, ਮੈਂ ਕਿਹਾ ਆਪ ਯਹਾਂ ਕਿਆ ਕਰ ਰਹੇ ਹੋ। ਉਹ ਭੱਜੇ ਸਾਡੇ ਮੋਹਰੇ, ਭੱਜ ਕੇ ਗਲੀਆਂ ਦੇ ਵਿੱਚ ਵੜੇ ਵੀਰੋ, ਸ਼ਾਇਦ ਮਹਾਰਾਜ ਉਹ ਕੁਛ ਉਹਨਾਂ ਦਾ ਕੋਈ ਕੀ ਇਰਾਦਾ ਸੀ, ਕੋਈ ਯੋਜਨਾ ਹੋਵੇ। ਹਾਂ, ਵਰਦੀ ਵਿੱਚ ਸਨ, ਸ਼ਸਤਰ ਉਹਨਾਂ ਦੇ ਕੋਲ ਸਨ, ਇਹ ਨਹੀਂ ਵੀ ਕੋਈ ਬਹਿਰੂਪੀਏ ਬਣ ਕੇ ਆਏ, ਪਰ ਉਹਨਾਂ ਨੇ ਪੁੱਛਿਆ, ਉਹਨੇ ਦੱਸਿਆ ਨਹੀਂ ਸਾਨੂੰ ਕੁਝ, ਭੱਜ ਕੇ ਗਲੀਆਂ ਵਿੱਚ ਵੜ ਗਿਆ ਸੀ ਬਸ। ਨਵਦੀਪ ਸਿੰਘ, ਉਹ ਵੀ ਪਹਿਰਾ ਦਿੰਦਾ ਸਾਨੂੰ ਮਿਲਿਆ, ਉਹ ਜੀ ਜਿਹਨ ਪਛਾੜਾਂ ਦੇ ਮੂੰਹ ਮੋਰੇ, ਬਿਲਕੁਲ ਉਹ ਟਰਾਲੀ ਤੇ ਛਾਲ ਮਾਰੀ, ਉਹ ਉਹ ਜਵਾਨ ਪਹਿਰਾ ਵੀ ਦਿੰਦੇ ਆ ਰਾਤਾਂ ਨੂੰ, ਭਾਈ ਸਾਡੇ 7-7 ਫੁੱਟੇ ਜਵਾਨ, ਇਹਦੇ ਤੇ ਰਾਜ ਹੀ ਖਾਲਸੇ ਦਾ। ਕੱਲ ਐਂਬੂਲੈਂਸ ਨਾ ਕੋਈ, ਤੇ ਟ੍ਰੈਫਿਕ ਵਾਲਾ ਦਿਸਦਾ ਨਾ ਕੋਈ, ਦੂਜਾ ਤੀਜਾ ਹੋਰ, ਆਪ ਹੀ ਰਾਹ ਕਿਸਾਨ ਭਰਾ। ਔਰ ਆ ਸਾਡੇ ਜਵਾਨਾਂ ਨੇ ਨਾ ਵੀਰਾਂ ਨੇ ਟਰੈਲੀ ਗੱਬੇ ਖੜੀ ਸੀ, ਚੁੱਕ ਕੇ ਪਾਸੇ ਜਿੱਦਾਂ ਐਂ ਚੱਕ ਕੇ ਪੱਥਰ ਉੱਧਰ ਰੱਖਦੇ ਨਾ, ਦਿੱਲੀ ਦਾ ਤਖਤਾ ਪੈਂਤੂ ਕੇ ਲਗਾਏ ਸਾਡੇ ਵੱਡੇ ਘੋੜਿਆਂ ਮਗਰ ਪਾ ਕੇ, ਤੇ ਵੱਡੇ ਵੱਡੇ ਥੰਮ, ਇਹ ਵੀਰਾਂ ਨੇ ਸੰਗਲਾਂ ਨਾਲ ਧੂ ਧੂ ਕੇ ਆ ਮਾਰੇ, ਇਹ ਜਰਨੈਲ ਹੀ ਨੇ, ਉਹੀ ਰੂਹਾਂ ਰੂਹਾਂ ਮੁੜ ਮੁੜ ਆਉਂਦੀਆਂ। ਰੀਕਨਰੇਸ਼ਨ ਕੀ ਕਹਿੰਦੇ ਹੁੰਦੇ ਆ, ਮੇਰੀ ਭੈਣ ਪੜ੍ਹੀ, ਮੈਨੂੰ ਤਾਂ ਇੰਗਲਿਸ਼ ਭੁੱਲ ਗਈ, ਰਿਪੀਟਸ ਹਿਸਟਰੀ, ਆਈ ਸਪੀਕ ਇੰਗਲਿਸ਼ ਬਟ ਸਮੋਲ ਸਮੋਲ। ਹੈਂ, ਉਹ ਬਾਬੇ ਦਾ ਹੋ ਗਿਆ ਐਕਸੀਡੈਂਟ ਇੰਗਲੈਂਡ, ਉਹ ਕਹਿੰਦਾ ਮਿਸਟਰ ਸਿੰਘ ਵਟਸ ਹੈਪਨ, ਉਹ ਕਹਿੰਦਾ ਉਧਰ ਸੇ ਗਾਡੀ ਆਈ, ਉਹ ਨਾਲ ਦਾ ਕਹਿੰਦਾ ਇਹ ਤਾਂ ਉਰਦੂ ਆ, ਉਰਦੂ ਆ, ਹੁਣ ਸਮਝੇ, ਉਹ ਪੁਰਾਣਾ ਬੁੱਢਾ ਸੀ, ਕਹਿੰਦਾ ਹੀ ਇਜ਼ ਕਮ 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 ਐਂਡ ਠਾ, ਇੱਦਾਂ ਬੁੱਤਾ ਬੱਤਾ ਲਾ ਲਈਦਾ ਮਾੜਾ ਮੋਟਾ ਸਾਰਾ ਕੁਝ, ਇਹ ਠਾ ਹੀ ਕਰਨਾ ਹੁਣ। ਸ਼ੇਰਾਂ ਤੋਂ ਗੱਲ ਸ਼ੁਰੂ ਕੀਤੀ ਨਾ, ਹੈਗੇ ਬੱਬਰ ਸ਼ੇਰ ਪਰ ਭੁੱਖੇ ਨਹੀਂ, ਰੱਜੇ ਹੋਏ, ਤੁਹਾਡਾ ਮਾਸ ਖਾਣ ਨਹੀਂ ਆਏ, ਅਸੀਂ ਤਾਂ ਤੁਹਾਨੂੰ ਕਹਿਣ ਆਏ ਹਾਂ, ਜਬ ਸ਼ੇਰ ਸੇ ਜੰਗਲ ਖਾਲੀ ਹੋ, ਜਾਂ ਸੋਇਆ ਸ਼ਾਹੇ ਜੰਗਲ ਹੋ, ਤੋ ਲੰਗੜੇ ਲੂੰਬੜ ਗੀਦੜ ਕੋ, ਸੂਝੇ ਹੈ ਐਂਠ ਜ਼ਮਾਨੇ, ਉੱਠ ਪੰਜਾਬ ਅਬ ਹੋਸ਼ ਮੇਂ ਹੈ ਆ, ਉੱਠ ਪੰਥ ਖਾਲਸਾ ਹੋਸ਼ ਮੇਂ ਆ, ਔਰ ਨਬਜ਼ ਪਹਿਚਾਨ ਜ਼ਮਾਨੇ ਕੀ, ਜਹਾਂ ਹਰ ਕੋਈ ਆਪਣੇ ਦਾਓ ਪੇ ਹੈ, ਸੱਚ ਬਾਤ ਕਹੂੰ ਮਨ ਬਾਨੇ ਕੀ। ਬਹੁਤ ਹੋ, ਆਪਣੇ ਹੋਸ਼ ਤੇ ਜੋਸ਼ ਕਾਇਮ ਰੱਖਣੇ। ਵੇਖੋ, ਦਾਸ ਨੂੰ ਅੱਜ ਖੁਸ਼ੀ ਦੀ ਗੱਲ ਆ, ਬਿਲਕੁਲ ਨੇੜੇ ਜਸਟਿਨ ਟਰੂਡੋ, ਉਹ ਕਿਤੇ ਇੱਥੇ ਬੋਲਦਿਆਂ ਉਦਾਂ ਕਿਹਾ ਹੋ ਗਿਆ ਵੀ ਉਹਨਾਂ ਹੱਕ 'ਚ, ਤਾਂ ਮੈਂ ਕਿਹਾ ਉਹ ਜਸਟਿਨ ਟਰੂਡੋ ਥੋੜ੍ਹਾ ਤਾਂ ਜੱਟ ਟਰੂਡੋ ਆ, ਜੱਟ ਮੀਨਸ ਫਾਰਮਰ, ਸਾਡਾ ਭਰਾ। ਮੈਂ ਉਹ ਕਿਸੇ ਨੂੰ ਕਿਹਾ ਨਾਲੇ, ਕਿਹਾ ਵੀ ਵੇਖੋ ਓਪੋਜੀਸ਼ਨ ਦਾ ਲੀਡਰ ਜਗਮੀਤ ਸਿੰਘ, ਉਹ ਸਾਡਾ ਭਰਾ ਨਾ, ਤੁਸੀਂ ਵੀਡੀਓ ਦੇਖੀ ਹੋਵੇਗੀ ਭਰਾਓ, ਉਹ ਓਪੋਜੀਸ਼ਨ ਵਾਲਾ ਉੱਥੇ ਖੜਾ ਅਤੇ ਟਰੂਡੋ ਲੰਘ ਰਿਹਾ, ਟਰੂਡੋ ਹਾਏ ਜੱਗੀ ਹਾਏ ਜੱਗੀ, ਓਪੋਜੀਸ਼ਨ ਵਾਲਾ ਉਹ ਭੱਜ ਕੇ ਉਹਦੇ ਕੋਲ ਚਲ ਜਾਂਦਾ, ਉਹਨੂੰ ਜਾ ਕੇ ਜੱਫੀ ਪਾਉਂਦਾ, ਆਈ ਕਿ ਨਹੀਂ? ਬਿਲਕੁਲ। ਅਤੇ ਆ ਸਾਡੇ ਵਾਲਿਆਂ ਨੂੰ ਕੀ ਹੋ ਗਿਆ, ਅੰਦਰੋਂ ਹੀ ਨਹੀਂ ਨਿਕਲਦੇ, ਆਉਣਾ ਤਾਂ ਚਾਹੀਦਾ ਸੀ ਇੱਥੇ, ਇਹਨਾਂ ਨੂੰ ਡਰ ਵੀ ਜੱਫਾ ਪਾ ਕੇ ਸਿੱਟ ਨਾ ਲੈਣ, ਸੁਣਤਾ ਸੀ ਉਹ ਤਾਂ ਵਜੇ ਸਿੱਟਣ 'ਤੇ ਆ ਕੇ, ਫਿਰ ਤਾਂ ਜੱਫਾ ਪੈ ਗਿਆ, ਅਤੇ ਉਹ ਤੜੀ, ਇਹ ਕਹਿੰਦਾ ਮੇਰੀ ਅੜੀ ਤਾਂ ਤੜੀ ਬੜੀ ਆ, ਇਹਨੂੰ ਫਿਰ ਸਾਡੀ ਅੜੀ ਤੜੀ ਨਹੀਂ ਦੇਖੀ, ਦੇਖੀ ਇਹਨੂੰ ਪਤਾ ਜੱਟ ਦੀ ਅੜੀ, ਜੱਟ ਇੱਕ ਹੋਰ ਮੈਂ ਕਹਾਂ ਨਾ, ਜੱਟ ਨੂੰ ਇਕੱਲਾ
ਇਹ ਨਾ ਸਮਝੋ ਵੀ ਇੱਕ ਕਾਸਟ ਆ, ਜ਼ਿਮੀਂਦਾਰ ਨੂੰ ਆਖਿਆ ਜਾਂਦਾ। ਦੇਖੋ ਸੈਣੀ ਭਰਾ ਉਹ ਵੀ ਜ਼ਿਮੀਂਦਾਰਾਂ ਕਰਦੇ ਨੇ, ਉਹ ਵੀ ਇੱਥੇ ਪਹੁੰਚੇ, ਵੱਡੀ ਗਿਣਤੀ 'ਚ ਪਹੁੰਚੇ ਹੋਏ ਨੇ, ਮੇਰਾ ਇਲਾਕੇ 'ਚ ਬਹੁਤ ਆਏ ਹੋਏ ਆ। ਫਿਰ ਕਬੋਸ ਲਵਾਣੇ, ਇਹ ਬਾਬਾ ਲੱਖੀ ਸ਼ਾਹ ਲਵਾਣਾ ਹੀ ਸੀ, ਬਾਬਾ ਮੱਖਣ ਸ਼ਾਹ ਜੀ ਲਵਾਣਾ ਹੀ ਸਨ। ਇਹ ਠੀਕ ਆ, ਸਾਡੇ ਆਪੋ ਆਪਣੇ ਹੈ ਰਵਿਦਾਸੀਆ ਭਾਈਚਾਰਾ, ਅਸੀਂ ਉਹਨਾਂ ਨਾਲ ਬਾਬਾ ਰਵਿਦਾਸ ਜੀ ਦੇ ਜਕਾਰੇ ਗਜਾਈ ਜਾਂਦੇ ਹਾਂ। ਕਿਉਂ ਪਤਾ, ਬੇਗਮਪੁਰਾ ਬੇਗਮਪੁਰਾ ਵਸਾਉਣਾ, ਉੱਦਾਂ ਦਾ ਰਾਜ ਲਿਆਉਣਾ। ਇਹ ਇੱਕ ਖਾਲਸਾ ਜਾਂ ਖਾਲਸ ਤੋਂ, ਇਹ ਬੜਾ ਇਹਨਾਂ ਨੂੰ ਚਿੜ ਜੀ ਹੁੰਦੇ ਵੀ ਖਾਲਸਾ, ਉਹ ਇੱਕ ਨਾਰਾ ਵੀ ਮਾਰਦੇ ਖਾਲਿਸਤਾਨ, ਇਹਦਾ ਕੋਈ ਜ਼ਿਕਰ ਜਿਹਾ ਚੱਲਿਆ, ਉਹ ਬਣਾਇਆ ਜਾ ਰਿਹਾ ਨਾ ਸਾਨੂੰ। ਖਾਲਸ ਦਾ ਇਹਨਾਂ ਨੂੰ ਅਰਥ ਹੀ ਨਹੀਂ ਪਤਾ, ਉਹਦਾ ਅਰਥ ਆ ਪਿਓਰ। ਖਾਲਸ ਦਾ ਅਰਥ ਆ ਜਿਹਦੇ ਵਿੱਚ ਮਿਲਾਵਟ ਨਾ ਹੋਵੇ, ਸ਼ੁੱਧ ਰਾਜ ਪੈਦਾ ਕਰਨਾ ਚਾਹੁੰਦੇ ਆ। ਉਹ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ? ਉਹ ਕੋਈ ਇਹ ਗੱਲਾਂ ਨਹੀਂ, ਰਾਜਸਥਾਨਾਂ ਦਾ ਹੁਣ ਸੂਬਾ ਆ, ਰਾਜਪੂਤਾਂ ਦਾ ਰਾਜਸਥਾਨ, ਕੋਈ ਗੱਲਾਂ ਨਹੀਂ। ਅਤੇ ਖਾਲਸੇ ਦਾ ਉਹਦਾ ਜੋ ਨਾਂ ਕਹਿ ਵੀ ਦਿੱਤਾ, ਇਹਨੂੰ ਇਸ਼ੂ ਕਿਉਂ ਬਣਾਉਂਦੇ ਹੋ? ਇਹ ਜਾਣ ਕੇ ਕਿਰਾਏ ਪਾਉਣਾ ਚਾਹੁੰਦੇ ਆ, ਇਹ ਬੇਅਦਬੀਆਂ ਵੀ ਕਰਵਾਉਣਗੇ, ਇਹ ਜਾਣ ਬੁੱਝ ਕੇ ਰੇਪ ਦੇ ਕੁ ਝੂਠੇ ਕੇਸ ਵੀ ਬਣਾ ਸਕਦੇ ਆ। ਸਾਵਧਾਨ ਭਾਈ, ਰਾਤੀ ਅਸੀਂ ਜਦੋਂ ਐਂ ਫਿਰ ਰਹੇ ਸੀ ਨਾ, ਹੱਥਾਂ 'ਚ ਬਰਛੇ ਲੈ ਕੇ ਜਾਗਦੇ ਰਹੋ, ਅਤੇ ਵੀਰ ਬਾਹਰ ਨੂੰ ਆਉਂਦੇ ਸੀ ਭੱਜੇ। ਉੱਥੇ ਜਿੱਥੇ ਸਟੇਜ ਲੱਗੀ ਨਾ, ਅਸੀਂ ਉੱਥੇ ਜਾ ਗੱਡੀ ਖੜ੍ਹੀ ਕੀਤੀ, ਕਿਸੇ ਨੂੰ ਹਾਕ ਨਹੀਂ ਮਾਰੀ, ਖੜ੍ਹੇ ਹੀ ਹਾਂ। ਉਸੇ ਹੀ ਵੇਲੇ ਹਜ਼ਾਰਾਂ ਦੀ ਗਿਣਤੀ ਵਿੱਚ ਸਾਰੇ ਆ ਗਏ, ਪਤਾ ਨਹੀਂ ਕਿੱਥੋਂ ਨਿਕਲ ਕੇ ਆ ਗਏ। ਅਸੀਂ ਇਹ ਸੁੱਤੇ ਨਹੀਂ, ਜਾਗਦੇ ਹੀ ਆ, ਹੋਰ ਪਹਿਰੇ ਤਕੜੇ ਕਰ ਦਿਓ। ਅਤੇ ਜਿਹੜੇ ਪਿੱਛੇ ਨੇ ਘਰਾਂ 'ਚ, ਉਹ ਜੇ ਤਾਂ ਮਜਬੂਰੀ ਆ ਫਿਰ ਕੋਈ ਨਹੀਂ, ਅਤੇ ਜੇ ਉਹਨਾਂ 'ਚ ਬੈਠੇ ਉਹਨਾਂ ਰਜ਼ਾਈਆਂ 'ਚ, ਤੁਹਾਨੂੰ ਸਹੁੰ ਲੱਗੇ ਤੁਹਾਡੇ ਮਾਂ ਦੇ ਚੁੰਘੇ ਦੁੱਧ ਦੀ, ਤੁਹਾਨੂੰ ਸਹੁੰ ਲੱਗੇ ਤੁਹਾਡੇ ਪੰਜਾਬੀ ਪੁਣੇ ਦੀ, ਜੇ ਨਾ ਆਏ ਨਾ ਵਿਹਲੜ ਬਣ ਕੇ ਬੈਠੇ ਰਹੇ ਤਾਂ ਤੁਹਾਨੂੰ ਜ਼ਮਾਨੇ ਨੇ ਮਾਫ਼ ਨਹੀਂ ਕਰਨਾ। ਬਿਲਕੁਲ ਕਹਿਣਾ ਸਾਹਿਬ, ਕਹਿ ਯਾਰ ਆਪਣੇ ਵੱਲੋਂ ਕਹਿ ਦੇ, ਤੈਨੂੰ ਬਹੁਤ ਪਿਆਰ ਕਰਦੇ ਆ। ਨਹੀਂ ਨਹੀਂ, ਸਾਡੀ ਤਾਂ ਬੇਨਤੀ ਹੈ ਜੀ ਕਿ ਅਸੀਂ ਤਾਂ ਨਿੱਠ ਕੇ ਲੱਗੇ ਹੋਏ ਹਾਂ, ਸਾਰਿਆਂ ਨੂੰ ਹੀ ਬੇਨਤੀ ਹੈ ਵੀ ਜਿਨ੍ਹਾਂ ਜਿਨ੍ਹਾਂ ਨੂੰ ਵੀ ਘਰ ਦੇ ਵਿੱਚ ਕੰਮ ਤੋਂ ਵਿਹਲ ਹੈਗੀ ਆ ਉਹ ਇੱਥੇ ਪਹੁੰਚ ਲਓ। ਜੇ ਟੱਬਰ ਸਮੇਤ ਆ ਸਕਦੇ ਹੋ ਉਹਦੇ ਵਰਗੀ ਰੀਸ ਕੋਈ ਨਹੀਂ, ਜੇ ਦੋ ਮੈਂਬਰ ਆ ਸਕਦੇ ਇੱਕ ਆ ਸਕਦਾ ਉਹਦੇ ਵਰਗੀ ਰੀਸ ਕੋਈ ਨਹੀਂ। ਬਿਲਕੁਲ ਆਉਣਾ ਚਾਹੀਦਾ, ਠੀਕ ਆ। ਦੁਆਬੇ ਦੇ ਵਿੱਚ, ਦੁਆਬੇ ਦੇ ਵਿੱਚ ਵੀਰੋ ਘਾਟ ਆ ਬੰਦਿਆਂ ਦੀ, ਤੁਸੀਂ ਵੀ ਜਾਣਦੇ ਹੋ ਨਾ, ਦੁਆਬੇ ਵਿੱਚ ਘੱਟ ਨੇ ਜੀ। ਪਰ ਭਾਵੇਂ ਦਿਹਾੜੀ 'ਤੇ ਬੰਦਾ ਰੱਖ ਕੇ ਆ ਜਾਓ, ਪੈਸਾ ਤਾਂ ਤੁਹਾਡੇ ਕੋਲ ਬਥੇਰਾ ਹੈਗਾ ਹੀ ਆ, ਆਪਣੀ ਹਾਜ਼ਰੀ ਦਿਓ। ਹੁਣ ਜਿਹੜੇ ਸਾਡੇ ਨਾਲ ਨਹੀਂ, ਜਿਹੜੇ ਤਾਂ ਆ ਗਏ, ਇੱਕ ਹੀ ਆ ਕੇ ਇੱਕ ਤੋਂ ਚਲੇ ਗਏ, ਉਹ ਹੁਣ ਉਹਨਾਂ ਦਾ ਜੀ ਨਹੀਂ ਲੱਗਦਾ ਫਿਰ ਮੁੜਿਆ, ਇਹ ਜੀ ਨਹੀਂ ਲੱਗਣਾ। ਇਹ ਜੋ ਇੱਥੇ ਬਣਿਆ ਹੋਇਆ, ਜੋ ਇੱਥੇ ਆਉਂਦੇ ਆ, ਉਹ ਨਹੀਂ ਆਉਣਾ ਇੱਥੇ। ਜਿਵੇਂ ਹਜ਼ੂਰ ਸਾਹਿਬ ਚਲੇ ਜਾਈਦਾ, ਪਿੱਛਾ ਭੁੱਲੇ ਹੀ ਜਾਂਦਾ, ਚੇਤਾ ਹੀ ਨਹੀਂ ਰਹਿੰਦਾ। ਇਹ ਹਜ਼ੂਰ ਸਾਹਿਬ, ਇਹ ਹੀ ਨਨਕਾਣਾ ਸਾਹਿਬ, ਇਹ ਹੀ ਸਭ ਕੁਝ ਬਣ ਗਿਆ, ਕਿਉਂਕਿ ਇੱਥੇ ਉਹ ਹੜਬਾਉਣ ਵਾਲੇ ਬਾਬੇ ਧੰਨ ਗੁਰੂ ਨਾਨਕ ਸਾਹਿਬ ਦੀ ਅੱਜ ਗੱਲ, ਬਾਬਾ ਨਾਨਕ ਦਾ ਉਹ ਜਿਹੜਾ ਨਾ ਸਰੂਪ, ਵੀ ਇੱਧਰ ਫਲਾਂ ਦੇ ਟੋਕਰੇ ਰੱਖਤੇ, ਇੱਧਰ ਦੇ ਬਾਬਾ ਐਂ ਬੈਠਾ ਸਮਾਧੀ, ਉਹ ਨਹੀਂ ਹੜਬਾਉਣ ਵਾਲਾ ਬਾਬਾ ਸੀ, ਉਹ ਫੋਟੋ ਹੀ ਅਲੋਪ ਕਰਾ ਦਿੱਤੀ ਸਾਧਾਂ ਨੇ ਅੱਧਿਆਂ ਤੋਂ ਵੱਧ, ਵੀ ਕਦੇ ਸਾਨੂੰ ਵੀ ਕਹਿਣਗੇ ਬਾਬਾ ਉੱਠ ਕੇ ਹੜਬਾ, ਤੂੰ ਕੀ ਆ ਕਰਦਾ ਫਿਰਦਾ। ਪਰ ਹੁਣ ਬਾਬਿਆਂ ਨੂੰ ਵੀ ਬੇਨਤੀ, ਬਾਬੇ ਉਹ ਆ ਜਾਓ, ਜਿਹੜੇ ਆਏ ਆ, ਆਏ ਬਹੁਤ ਨੇ, ਕਾਰ ਸੇਵਾ ਵਾਲੇ ਤਕਰੀਬਨ ਇੱਥੇ ਨੇ, ਵਿਧੀ ਚੰਦੀਏ ਮਹਾਂਪੁਰਖ ਨਿਹੰਗ ਸਿੰਘ, ਕਿ ਜੇ ਨਾ ਸਮਝੋ ਨਿਹੰਗ ਸਿੰਘ ਨਹੀਂ ਆਏ, ਇਹ ਫੌਜ ਆ, ਅਤੇ ਫੌਜ ਧਰਨੇ ਦੇਣ ਨੂੰ ਥੋੜ੍ਹੀ ਹੁੰਦੀ ਆ, ਇਹ ਤਾਂ ਹੱਲਾ ਕਰਨ ਹੁੰਦੀ ਆ। ਅੱਜ ਕਹਿ ਦੇਣ ਸਾਰੀਆਂ ਕਿਸਾਨ ਜਥੇਬੰਦੀਆਂ, ਤੁਹਾਡੇ ਚੈਨਲ ਰਾਹੀਂ ਕਹਿੰਦਾ ਵੀ ਆ ਜਾਓ, ਹੱਲਾ ਹੋ ਗਿਆ, ਅਤੇ ਗੁਰੂ ਕੇ ਸਿੱਖ ਨਾ ਆਖਿਓ ਜੇ ਨਾ ਆਉਣ, ਅਤੇ ਜੇ ਅਸੀਂ ਸਭ ਤੋਂ ਮੋਹਰੇ ਅੱਗੇ ਹੋ ਕੇ ਨਾ ਖੜੀਏ, ਲੋਕਾਂ ਦੇ ਪੁੱਤ ਨਹੀਂ ਮਰਾਵਾਂਗੇ, ਆਪਣੀਆਂ ਹੱਕਾਂ 'ਚ ਗੋਲੀਆਂ ਖਾਵਾਂਗੇ ਜੋ ਦਰੋਣ, ਅਤੇ ਮਾਰਾਂਗੇ ਵੀ ਜੇ ਦਾ ਲੱਗ ਗਿਆ, ਇਹਨਾਂ ਦੀਆਂ ਖੋ ਕੇ ਇਹਨਾਂ ਦੇ ਚਲਾਵਾਂਗੇ। ਬਹੁਤ ਕਮਾਲ ਦੀਆਂ ਗੱਲਾਂ ਕੀਤੀਆਂ ਜੀ। ਜ਼ਰੂਰ ਚਾਹੁੰਦੀ ਹਾਂ ਵੀ ਇੱਕ ਵਾਰੀ, ਕਿਉਂਕਿ ਜਿਨ੍ਹਾਂ ਦੇ ਨਾਲ ਆਪਾਂ ਖੜੇ ਹਾਂ ਉਹਨਾਂ ਦੇ ਬਾਰੇ 'ਚ ਵੀ ਜ਼ਰੂਰ ਗੱਲ ਹੋਏ, ਇਹਨਾਂ ਨੌਜਵਾਨਾਂ ਦੇ ਵੱਲੋਂ ਜਿਹੜਾ ਇਹ ਕੰਮ ਕੀਤਾ ਜਾ ਰਿਹਾ ਉਹਦੇ ਬਾਰੇ 'ਚ ਵੀ ਦੋਸ਼। ਉਹਦੇ ਬਾਰੇ ਸਿੱਧੀ ਜੀ ਗੱਲ ਹੈ, ਵੇਖੋ ਅਸੀਂ ਲੰਗਰ 'ਤੇ ਲਾ ਦਿੰਦੇ ਹਾਂ, ਹੁਣ ਜਿਹਨੇ ਲੰਗਰ ਛਕਣਾ ਛਕਦੇ ਵੀ ਖੁੱਲ੍ਹਾ ਹੀ ਆ, ਉਦਾਂ ਮੇਦੇ ਤਕੜੇ ਹੀ ਆ ਸਾਡੇ ਸਾਰਿਆਂ ਦੇ ਨਾ, ਉਹ ਜਲੇਬੀਆਂ ਕਿਲੋ ਕੁ ਕਿਲੋ ਕੁ ਪਕੌੜੇ, ਫਿਰ ਮਟਰ ਪਨੀਰ, ਫਿਰ ਰਗੜਦੰਗ ਚਗੜ ਜੋ ਦਾ ਚਟਮ ਚੱਟੀ, ਇਹ ਵੀ ਖੱਟੜ ਵੀ ਕਹਿੰਦੇ ਚਰਣੀ ਘੋੜਦਾ ਹੁੰਦਾ ਸੀ ਹੁਣ ਵੀ, ਹਾਂਜੀ ਇਹ ਤਾਂ ਬਹੁਤ ਲੇਵਲ ਜਿਹਾ ਹੋਈ ਆ। ਚਾਏ ਵੇਚਣੇ ਵਾਲੇ ਚਾਏ ਪਲਾਏ, ਉਹ ਕਹਿੰਦੇ ਆ ਜਾ ਖੀਰ ਖਵਾਉਣੇ ਆ ਚੱਲ ਬਾਰਡਰ 'ਤੇ, ਹੈ ਉਹ ਵੀ ਬਦਾਮਾਂ ਵਾਲੀ। ਇੱਕ ਹੋਰ ਸੁਨੇਹਾ ਦੇਣਾ, ਉਹ ਦਵਾਈਆਂ ਇੱਕ ਆਪਣੇ ਇੱਥੇ ਵਾਲਾ ਐਂ ਜੇ ਇੰਨੀ ਕੱਖ ਖੁੱਲਦੀ ਸੀ, ਉਹ ਕੀ ਆ ਉਹਦਾ ਨਾਂ, ਉਹ ਆਰਾਮ 'ਤੇ ਉਹ ਲੋਕਾਂ ਨੂੰ ਕਹਿੰਦਾ ਯੋਗ ਨਾ ਠੀਕ ਕਰ ਦੂੰ,
अपने गोडे कहते कित विदेश तो पवा गया अख हो ही नहीं सलवारा पा के भजया से अं ता ही पजामा भी नहीं पाते कशहरे ची गजदे हाँ महाराज जी मेरे चोलियाँ च हाँ जी तो महाराज की कृपा जे हैगा ना तू कहना देसी खाओ देसी तो 80% उतों लिया के वह लीकुड़ जहा चीन का वह शहर च रड़ाला बेची जाता ये ठग ने साडे भाई ये ठीक है ये जिहड़ी दवाई पहली तो गल लोड़ ही ना पे मैं वेख्या वो कई दी शुगर ठीक हो गई पता क्यों इतने तुरना बहुत पैंदा उत्थे मेरे वर्ग हिलदे नहीं सी इतों फिट हो के जावे और दूजी गल बिजी इन्ने शगन का टाइम ही नहीं लगता पर यह भरा साढ़े हीरे आ ये बीरे आ तुसी कहा सी ना रुपया रुपया मैं इतने पढ़िया कोट करोड़ ये तो करोड़पति आते दूजी गल जे ना सानू 2% मैं दस दें असं 96 करोड़ियाँ 96 करोड़ी असं 2% नहीं इन्हों जो दिसते हो देते हो जड़िया शहीदी फौजा तो जे बाबे तो उदन तुम भी ना लेंदे से वह भी कोई चंगा नहीं बोलिया मोर्चे लिए लगना चाहिए पता कि नहीं हूँ पे क्यों नहीं आए गिनतियां मिनतियां की गल आ शेर गाँवते रहे किस कौम की गिनती जे वेख तो कदे गिने होना वो मरीद किन्ने बंदे गिने होना करो ये गिनती के इस कौम होए वो कहते तो मार दे बहुती गिनती है उकसा रहे उन्होंने इन्हों आके मारो क्यों मार देंगे भाई वह भी तो साढ़े भाई आ मार मराई वाली ए मतलब देखो इन्हों की मानसिकता इन्हों वीर ठीक है तुहाडा किसी ना नहीं बनती ना बने तो दूजे पक्ष वाले भी जोड़े वीर आ हुण तख्तां ते सजे हुए हाँ हजूर साहब जी दे जथेदार सिंह साहिब ज्ञानी कुलवंत सिंह जी जिंद जान ने साडी उन्होंने सुनेहा घल्लिया साडे तक पहुँचाया भी साडे वल्लों भी ये सुनेहा समुचा ही हजूरी खालसा समुचा ही खालसा पंथ जिथे वो तुहाडे नाल है दास तनो मनो तनो तुहाडे नाल हजूर साहब दे जथेदार बाकी अकाल तख्त साहब दे जथेदार साहब उन्हां नूं अपना पख डट के हुण ਚੜ੍ਹਦੀ ਕਲਾ ਦੇ ਵਿੱਚ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਆ ਉਹ ਪੱਖ ਪੇਸ਼ ਕਰਨਾ ਬਹੁਤ ਮਿਹਰਬਾਨੀ ਮੋਰਾਵਾਲੀ ਸਾਹਿਬ ਬਹੁਤ ਸ਼ੁਕਰੀਆ ਤੁਹਾਡਾ ਮੈਂ ਚਾਹੁੰਦਾ ਕਿ ਜਿਹੜੀ ਇਹ ਮੁੜਿਆ 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 ਸ੍ਰੀ ਅਕਾਲ ਮੇਰੀ मेरी हुण बेनती है जी कि आपां ना इस संस्था नूं जिहड़ी कोट करोड़ दी संस्था लोक भलाई आर्मी उहदे जिहड़े हैगे ने नाल साथी जुड़े हुए वह भी 2 मिनट की अपनी सांझ पा लैण कि किस तरीके नाल दवाइयां दा लंगर चलदा कदों तों चलदा पंथ वल्लों सारे वल्लों पहलां तां सारी समूह समाज संगत नूं लोक भलाई आर्मी ग्रुप समाजिक चेतना वैलफेयर सोसायटी पिंड कोट करोड़ कलां की टीम वल्लों वाहेगुरु जी का खालसा वाहेगुरु जी की फतेह ये जी साढ़े पिंड दियां 2 एंबूलेंसा हैं जो कि एक टिकरी बार्डर ते फ्री लंगर दे दवाइयां दी सेवा कर रही है बिल्कुल फ्री जो पिछले 27 नवंबर तो संघर्ष चल रहा किसानां दा उस विच जोरां शोरां ते असीं हिस्सा पा रहे हैं दूसरी जो साड़ी एंबूलेंस है वह साड़ी कुंडली बार्डर ते 27 नवंबर तो बिल्कुल फ्री दवाइयां दी लंगर दी सेवा कर रही है असीं हड़ प्रभावित इलाकों में भी सेवा करते हैं और जिमें कि फरीदकोट जिला फिरोजपुर मोगा उन्होंने पिंड भी साढ़े 35-40 पिंड है जिन्हों असी फ्री दवाइया की लंगर की सेवा डेली दे डेली असं 3 पिंड कढ़ते हैं जी और जो सड़क पर एक्सीडेंट होंगे असी उन्होंने भी फ्री एमरजेंसी सेवा दें जी इन्हों के जो साढ़े अपने समाजिक चेतना वैलफेयर सोसायटी के सरप्रस्त हैं सरदार हरजिंदर सिंह खोसा कनेडा और सुखमंदर सिंह बब्बू प्रधान और लखवीर सिंह लखा USA जी सो टैणा साहब आप अपने दर्शकों को दस दिए भी सानू उतों थोड़ा जिहा पासे होना पिया क्योंकि बहुत वड्डी गिणती दे विच संगत उत्थे जुड़ गई सी पर हाँ इन्ना जरूर है भी जिहो जिहियां गल्लां मोरावाली साहब ने सानू सुनाईयां या जो सुनेहे दित्ते पूरी तरह नाल जोश भर गया जी एक बार आनंद आ गया और पक्की गल इह कि असीं जरूर इत्थे फतेह हासिल करके जित के वापस जावांगे सो तुसीं जांदियां दे जे कोई विचार सांझे करने दा बई किसी दे घर दे विच 2 मैंबर आ किसी दे घर च 5 आ किसी दे 10 भी हो सकदे किसी दे 4 भी हो सकदे आ
वो जिहड़े भी सज्जन थोड़े जे कामकाज तो वेले आ वह निठ के इत्थे पहुंचण, इत्थे तुहानू माहौल है ना जिहड़ा ਉਹ ਇਹੋ ਜਿਹਾ ਲੱਗੂਗਾ ਵੀ ਯਾਰ ਅਸੀਂ ਇੱਥੇ ਕਿਉਂ ਨਹੀਂ ਆਏਗੇ ਜੀ, ਇਸ ਤੋਂ ਪਹਿਲਾਂ ਕਿਉਂ ਨਹੀਂ ਆਏ। ਔਰ ਮੈਂ ਤੁਹਾਡੇ ਦੇ ਅੰਦਰ ਨਾ ਇੱਕ ਜੰਗ ਨੂੰ ਜਿੱਤਣ ਦਾ ਜਜ਼ਬਾ ਪੈਦਾ ਹੋਣਾ ਵੀ ਇਹ ਸਾਡੇ ਉੱਤੇ ਹਮਲਾ ਜਿਹੜਾ ਕੀਤਾ ਉਹਨਾਂ ਲੋਕਾਂ ਨੇ ਜਿਨ੍ਹਾਂ ਨੂੰ ਅਸੀਂ ਇੱਕ ਇੱਕ ਕੀਮਤੀ ਵੋਟ ਪਾ ਕੇ ਚੁਣਿਆ ਉਹਨਾਂ ਨੂੰ ਮੂੰਹ ਦੀ ਖਾਣੀ ਪਵੇ, ਤੁਹਾਡੇ ਅੰਦਰ ਇੱਕ ਇਹੋ ਜਿਹਾ ਜਜ਼ਬਾ ਉੱਠਣਾ ਜੀ। ਔਰ ਜਿਹੜੇ ਲੋਕ ਇੱਥੇ ਤੱਕ ਨਹੀਂ ਆਏ ਮੈਂ ਦਾਅਵੇ ਨਾਲ ਇਹ ਗੱਲ ਕਹਿ ਸਕਦੀ ਹਾਂ ਵੀ ਉਹਨਾਂ ਦੇ ਮਨਾਂ ਦੇ ਵਿੱਚ ਇੱਕ ਨਾ ਇੱਕ ਦਿਨ ਪਛਤਾਵਾ ਜ਼ਰੂਰ ਹੋਏਗਾ ਵੀ ਅਸੀਂ ਇੰਨੇ ਵੱਡੇ ਸੰਘਰਸ਼ ਦਾ ਹਿੱਸਾ ਕਿਉਂ ਨਹੀਂ ਬਣ ਸਕੇ। ਸੋ ਖੈਰ ਸਾਰਿਆਂ ਨੂੰ ਇੱਥੇ ਜ਼ਰੂਰ ਪਹੁੰਚਣਾ ਚਾਹੀਦਾ ਹੈ, ਆਪੋ ਆਪਣਾ ਯੋਗਦਾਨ ਜ਼ਰੂਰ ਪਾਓ, ਇਸ ਵੇਲੇ ਲੋੜ ਹੈ ਆਪਾਂ ਇਕੱਠੇ ਹੋ ਕੇ ਚੱਲੀਏ ਅਤੇ ਦਿੱਲੀ ਜ਼ਰੂਰ ਫਤਿਹ ਕਰੀਏ। ਅਤੇ ਬਾਕੀ ਫਿਲਹਾਲ ਆਪਾਂ ਵੀ ਪ੍ਰੋਗਰਾਮ ਸਮੇਟੀਏ, ਸਾਡੇ ਜਾਣ ਦਾ ਹੋ ਗਿਆ ਜੀ ਵੇਲਾ, ਪਰ ਆਪਣੀ ਪ੍ਰਤੀਕਿਰਿਆ ਜ਼ਰੂਰ ਸਾਡੇ ਤਾਈਂ ਪਹੁੰਚਾਇਓ। ਫਿਲਹਾਲ ਦੇ ਲਈ ਦੋਵਾਂ ਦੇ ਇਜਾਜ਼ਤ, ਸਤਿ ਸ਼੍ਰੀ ਅਕਾਲ। ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ।